ਸਪੀਕਰ ਮਜੀਠੀਆ ਵੱਲੋਂ ਟਵੀਟ ਕੀਤਾ ਗਿਆ। ਉਹਨਾਂ ਕਿਹਾ ਕਿ ਕੈਨੇਡਾ ਦੀ ਕੰਪਨੀ ਨੂੰ ਪ੍ਰੋਜੈਕਟ ਤਾਂ ਦੇ ਦਿੱਤਾ ਪਰ ਉਹਨਾਂ ਨੂੰ ਕੋਈ ਤਜਰਬਾ ਹੈ ਨਹੀਂ, ਉਹਨਾਂ ਨੇ ਪਹਿਲਾਂ ਕੋਈ ਅਜਿਹੇ ਕੰਮ ਨਹੀਂ ਕੀਤਾ। ਹਾਲਾਂਕਿ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਉੱਥੇ ਤਜਰਬੇਕਾਰ ਨੇ, ਉਹਨਾਂ ਨੂੰ ਪ੍ਰੋਜੈਕਟ ਕਿਉਂ ਨਹੀਂ ਦਿੱਤਾ? ਬਰਵਿੰਦਰ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਬੁੱਢੇ ਨਾਲੇ ਦਾ ਇਹ ਰੇੜਕ ਹੈ, ਇਹ ਕੋਈ ਅੱਜ ਦਾ ਨਹੀਂ ਹੈ। ਬੁੱਢੇ ਨਾਲੇ ਦਾ ਰੇੜਕਾ ਪਿਛਲੇ 5-7 ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਅਤੇ ਪਹਿਲਾਂ ਲਗਾਤਾਰ ਇਹਦੇ ਲਈ ਕੰਮ ਜਿਹੜੇ ਸੰਤ ਸੀਚੇਵਾਲ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਕਰ ਰਹੇ ਨੇ। ਪਹਿਲਾਂ ਤਾਂ ਬਹੁਤ ਬੋਲੇ ਨੇ ਉਹ ਜਦੋਂ ਰਾਜ ਸਭਾ ਮੈਂਬਰ ਨਹੀਂ ਸੀ, ਬੜੇ ਉਹਨਾਂ ਨੇ ਤਰਕ ਦਿੱਤੇ ਨੇ ਵੀ ਅਜਿਹਾ ਕਿਉਂ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ, ਪਰ ਜਦੋਂ ਤੋਂ ਉਹ ਰਾਜ ਸਭਾ ਮੈਂਬਰ ਬਣੇ ਨੇ ਉਦੋਂ ਤੋਂ ਉਹਨਾਂ ਦੇ ਹੱਥ ਜਾਂ ਮੂੰਹ ਕਹਿ ਲਓ ਵੀ ਉਹ ਬੰਨੇ ਗਏ ਨੇ, ਉਹ ਬੋਲ ਨਹੀਂ ਸਕਦੇ। ਨੇਬੂਲਾ ਕੰਪਨੀ ਹੈ, 3 ਪੜਾਵਾਂ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਹੈ ਜਿਹੜੀ ਉਹਨਾਂ ਨੇ ਕਰਨੀ ਹੈ। ਹੁਣ ਵੱਡਾ ਸਵਾਲ ਇਹ ਉੱਠਦਾ ਕਿ ਸਾਡੇ ਕੋਲ ਪੰਜਾਬ ਦੇ ਵਿੱਚ ਇਹੋ ਜਿਹੇ ਐਕਸਪਰਟ ਨਹੀਂ ਹੈ ਜਿਹੜੇ ਇਹਦੇ 'ਤੇ ਕੰਮ ਕਰ ਸਕਣ। ਕੈਨੇਡਾ ਦੀ ਕੰਪਨੀ ਬੁਲਾ ਰਹੇ ਹੋ, ਇਹਦਾ ਮਤਲਬ ਉਹ ਤੁਹਾਡੇ ਮੁਤਾਬਕ ਕੰਮ ਕਰੇਗੀ, ਕਿਉਂਕਿ ਤੁਸੀਂ ਉਹਨਾਂ ਨੂੰ ਪ੍ਰੋਜੈਕਟ ਦਿੱਤਾ, ਤੁਸੀਂ ਪੈਸੇ ਦਿੱਤੇ ਉਹਨਾਂ ਨੂੰ, ਉਹਨਾਂ ਨੇ ਕੰਮ ਕਰਨਾ ਅਤੇ ਤੁਸੀਂ ਮੁਤਾਬਕ ਉਹ ਤੁਹਾਡੇ ਕੰਮ ਕਰੇਗੀ ਜੀ। ਰਾਹੁਲ ਗਾਂਧੀ ਵੱਲੋਂ ਜਦੋਂ ਅਮਰੀਕਾ ਦੇ ਵਿੱਚ ਸਿੱਖਾਂ ਬਾਰੇ ਬਿਆਨ ਦਿੱਤਾ ਗਿਆ, ਲਗਾਤਾਰ ਜਿਹੜੀ ਸਿੱਖ ਜਥੇਬੰਦੀਆਂ ਹੋ ਗਈਆਂ ਭਾਜਪਾ ਲਗਾਤਾਰ ਘੇਰਦੀਆਂ ਹੋਈ ਨਜ਼ਰ ਆਉਂਦੀਆਂ ਨੇ। ਹਾਲਾਂਕਿ ਰਾਹੁਲ ਗਾਂਧੀ ਦੇ ਪੁਤਲੇ ਫੂਕੇ ਜਾਂਦੇ ਨੇ, ਪ੍ਰਦਰਸ਼ਨ ਕੀਤਾ ਜਾਂਦਾ। ਅੱਜ ਇੱਕ ਸਿੱਖ ਵਫਦ ਆ ਉਹ ਰਾਜ ਦੇ ਮੰਤਰੀ ਨੂੰ ਮਿਲੇ। ਦੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਜੇ ਉਸ ਰਾਹੁਲ ਗਾਂਧੀ ਦੇ ਬਿਆਨ ਦੀ ਗੱਲ ਕਰੀਏ ਤਾਂ ਉਹਦੇ 'ਚ ਝੂਠ ਕੀ ਹੈ ਜੀ? ਦਰਸ਼ਕ ਵੀ ਨੇ, ਮੇਰਾ ਇਹਨਾਂ ਨੂੰ ਵੀ ਸਵਾਲ ਹੈ ਵੀ ਇਹਦੇ 'ਚ ਝੂਠ ਕੀ ਹੈ। ਲੋਕਾਂ ਨੂੰ ਉਹ ਮਾਹੌਲ ਕ੍ਰੀਏਟ ਕੀਤਾ ਤਾਂ ਰਾਹੁਲ ਗਾਂਧੀ ਉਹਨਾਂ ਨੂੰ ਗੱਲ ਕਰਨ ਦਾ ਮੌਕਾ ਮਿਲਿਆ, ਠੀਕ ਹੈ। ਦੂਜੀ ਗੱਲ ਇਹਨਾਂ ਨੇ ਕੀਤੀ ਹੈ ਕਿ ਇਹ ਗ੍ਰਹਿ ਰਾਜ ਮੰਤਰੀ ਨਿਤਿਆ ਆਨੰਦ ਰਾਏ ਦੇ ਨਾਲ ਮੁਲਾਕਾਤ ਕੀਤੀ ਹੈ ਮਨਜਿੰਦਰ ਸਿਰਸਾ ਉਹਨਾਂ ਨੇ। ਇੱਥੇ ਤਾਂ ਆਪਣਾ ਹੀ ਘਰ ਆ, ਆਪਣਾ ਹੀ ਵਿਹੜਾ। ਸਿਰਸਾ ਸਾਹਿਬ ਆਪ ਵੀ ਤਾਂ BJP 'ਚ ਨੇ, 4 ਬੰਦੇ ਨਾਲ ਲੈ ਜਾ ਕੇ ਗ੍ਰਹਿ ਰਾਜ ਮੰਤਰੀ ਨੂੰ ਮਿਲ ਲਏ, ਸੁਭਾਵਿਕ ਗੱਲ ਉਹਨਾਂ ਨੇ ਤੁਹਾਡੀ ਗੱਲ ਮੰਨਣੀ ਹੈ। ਇਹ ਤਾਂ ਤੁਸੀਂ ਜੇ ਨਾ ਵੀ ਜਾਂਦੇ ਫੋਨ 'ਤੇ ਵੀ ਕਹਿ ਦਿੰਦੇ ਉਹਨਾਂ ਨੇ ਤਾਂ ਵੀ ਮੰਨ ਲੈਣੀ। ਸੋ ਦੂਜੇ ਪਾਸੇ ਗੱਲ ਕਰਦੇ ਜਲੰਧਰ ਦੇ ਵਿੱਚ ਆਈਸ ਫੈਕਟਰੀ ਦੇ ਵਿੱਚ ਸਿੱਧੂ ਸਾਹਿਬ ਗੈਸ ਲੀਕ ਹੋ ਗਈ। ਇਹ ਪਹਿਲਾ ਮਾਮਲਾ ਨਹੀਂ ਹੈ, ਪਹਿਲਾਂ ਵੀ ਹੋਈ ਹੈ। ਗੱਲ ਕੀ ਹੁੰਦੀ ਹੈ, ਪ੍ਰਸ਼ਾਸਨ ਜਾਂਦਾ ਦੇਖਦਾ ਕੀ ਹੋਇਆ, ਉਹ ਤੋਂ ਬਾਅਦ ਕਿਹਾ ਜਾਂਦਾ ਜਾਂਚ ਚੱਲ ਰਹੀ ਹੈ, ਜਾਂਚ ਹੁੰਦੀ ਹੈ, ਖਤਮ ਹੋ ਜਾਂਦੀ ਹੈ, ਫਿਰ ਵਿਹਲੇ ਹੋ ਜਾਂਦੇ ਨੇ। ਮੁੜ ਕੇ ਕੋਈ ਗੱਲ ਨਹੀਂ ਆਉਂਦੀ ਵੀ ਕਿਉਂ ਹੋਇਆ ਸੀ, ਕੀ ਕਾਰਨ ਸੀ, ਕੀ ਕਰਨਾ ਸੀ। ਇਹ ਮੁੜ ਤੋਂ ਜਿਹੜਾ ਵਾਪਰਿਆ ਇਹ ਘਟਨਾ ਬੜੀ ਮੰਦਭਾਗੀ ਹੈ। ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ, ਇਹ ਘਟਨਾਵਾਂ ਕਿਤੇ ਨਾ ਕਿਤੇ ਵੱਡਾ ਰੂਪ ਧਾਰਨ ਕਰ ਸਕਦੀਆਂ ਜੀ। ਬਿਲਕੁਲ। ਸੋ ਜਲੰਧਰ ਦੇ ਡੋਮਰੀਆ ਪੁਲ ਦੇ ਨੇੜੇ ਇੱਕ ਆਈਸ ਫੈਕਟਰੀ ਸੀ ਜਿਹਦੇ ਵਿੱਚ ਇਹ ਗੈਸ ਹੈ ਲੀਕ ਕੀਤੀ ਹੈ। ਜਿਹੜੇ ਆਸੇ ਪਾਸੇ ਘਰ ਨੇ ਜੀ, ਜਿਹੜੇ ਕਿੰਨੇ ਵੀ ਏਰੀਏ ਦੇ ਵਿੱਚ ਲੱਗਦੇ ਨੇ, ਕੀ ਉਹਨਾਂ ਨੂੰ ਕੋਈ ਇਫੈਕਟ ਨਹੀਂ ਹੋਇਆ ਹੋਏਗਾ? ਪਰ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ? ਕਿਉਂਕਿ ਇਹ ਫੈਕਟਰੀ ਕਿਸੇ ਆਮ ਬੰਦੇ ਦੀ ਥੋੜ੍ਹੀ ਹੋਈ। ਕੇਂਦਰ ਸਰਕਾਰ ਵੱਲੋਂ ਫੰਡ ਰੋਕੇ ਗਏ ਨੇ ਜੀ ਪੰਜਾਬ ਸਰਕਾਰ ਦੇ, ਅਤੇ ਉੱਥੇ ਆਯੁਸ਼ਮਾਨ ਦੇ ਜਿਹੜੇ ਕਾਰਡ ਨੇ ਉਹ ਪ੍ਰਾਈਵੇਟ ਹੋਸਪਿਟਲਾਂ ਨੇ ਕਹਿਤਾ ਵੀ ਅਸੀਂ ਭਾਈ ਨਹੀਂ ਕਰਾਂਗੇ, ਕਿਉਂਕਿ 600 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਸਾਡਾ ਨਹੀਂ ਦਿੱਤਾ। ਹਾਲਾਂਕਿ ਕੇਂਦਰ ਨੇ ਕਿਹਾ ਵੀ ਇਹ ਸਕੀਮ ਦੁਆਰਾ ਸ਼ੁਰੂ ਕੀਤੀ ਜਾਵੇ ਤਾਂ ਤੁਸੀਂ ਪੈਸੇ ਭਰੋ। ਦੇਖੋ, ਪੰਜਾਬ ਸਰਕਾਰ ਨੂੰ ਜਿਹੜਾ ਪੈਸੇ ਮਿਲਣ ਵਾਲਾ ਰੌਲਾ ਹੈ ਇਹ ਅੱਜ ਦਾ ਤਾਂ ਹੈ ਨਹੀਂ। ਪਹਿਲਾਂ ਕਾਂਗਰਸ ਸੱਤਾ ਸੀ ਉਦੋਂ ਵੀ ਨਹੀਂ ਸੀ ਬਾਹਲੇ ਪੈਸੇ ਮਿਲੇ, ਹੁਣ ਆਮ ਆਦਮੀ ਪਾਰਟੀ ਵੀ ਤਾਂ ਜਮਾਂ ਹੀ ਨਹੀਂ ਮਿਲੇ। ਕਾਂਗਰਸ ਨੇ ਤਾਂ ਸ਼ਾਇਦ ਥੋੜ੍ਹੇ ਬਹੁਤ ਲੈ ਲਏ ਸੀ, ਇਹਨਾਂ ਨੂੰ ਤਾਂ ਕੁਛ ਵੀ ਨਹੀਂ ਮਿਲਿਆ। ਸੋ ਤੁਸੀਂ ਇਹ ਲਾ ਲਓ ਵੀ ਪਿਛਲੇ ਲਗਭਗ 7.5 ਸਾਲ ਤੋਂ ਪੰਜਾਬ ਨੂੰ ਕੁਛ ਨਹੀਂ ਮਿਲਿਆ।
ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਤਾਂ ਐਂ ਲੱਗਦਾ ਵੀ ਉਹਨਾਂ ਨੇ ਨਾ ਮੂੰਹ ਹੀ ਪੰਜਾਬ ਤੋਂ ਦੂਜੇ ਪਾਸੇ ਨੂੰ ਕੀਤਾ ਹੋਇਆ, ਮੈਂ ਪੰਜਾਬ ਵੱਲ ਵੇਖਣਾ ਵੀ ਨਹੀਂ, ਜੇ ਕਿਤੇ ਗਲਤੀ ਨਾਲ ਵੇਖ ਲਿਆ ਕੁਛ ਮੰਗ ਹੀ ਨਾ ਲੈ। ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਅਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਅਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਪ੍ਰਭ ਸਿੱਧੂ। ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਿੱਧੂ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਧੰਨਵਾਦ ਜੀ। ਸਿੱਧੂ ਸਾਹਿਬ, ਬੁੱਢਾ ਨਾਲਾ ਜੋ ਕਿ ਲੁਧਿਆਣੇ ਦਾ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ, ਹਾਲਾਂਕਿ ਸਮਾਜ ਸੇਵੀ ਹੋ ਗਏ ਵੱਖ ਵੱਖ ਜਥੇਬੰਦੀਆਂ ਵੱਲੋਂ ਕਿਹਾ ਗਿਆ ਸੀ ਵੀ ਅਸੀਂ ਬੰਨ ਲਾ ਦਾਂਗੇ ਜੇਕਰ ਸਰਕਾਰ ਨੇ ਕੋਈ ਵੱਡਾ ਕਦਮ ਨਾ ਚੁੱਕਿਆ, ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਅਤੇ ਉਹ ਪ੍ਰੋਜੈਕਟ ਦੇ ਦਿੱਤਾ ਗਿਆ ਕਿਸੇ ਕੈਨੇਡਾ ਦੀ ਕੰਪਨੀ ਨੂੰ ਲੈ ਕੇ, ਅਤੇ ਅੱਜ ਬਿਕਰਮ ਮਜੀਠੀਆ ਵੱਲੋਂ ਟਵੀਟ ਕੀਤਾ ਗਿਆ, ਉਹਨਾਂ ਕਿਹਾ ਕਿ ਕੈਨੇਡਾ ਦੀ ਕੰਪਨੀ ਨੂੰ ਪ੍ਰੋਜੈਕਟ ਤਾਂ ਦੇ ਦਿੱਤਾ ਪਰ ਉਹਨਾਂ ਨੂੰ ਕੋਈ ਤਜਰਬਾ ਹੈ ਨਹੀਂ, ਉਹਨਾਂ ਨੇ ਪਹਿਲਾਂ ਕੋਈ ਅਜਿਹੇ ਕੰਮ ਨਹੀਂ ਕੀਤਾ, ਹਾਲਾਂਕਿ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਉੱਥੇ ਤਜਰਬੇਕਾਰ ਨੇ, ਉਹਨਾਂ ਨੂੰ ਪ੍ਰੋਜੈਕਟ ਕਿਉਂ ਨਹੀਂ ਦਿੱਤਾ ਜੀ? ਜੀ ਬਲਵਿੰਦਰ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਬੁੱਢੇ ਨਾਲੇ ਦਾ ਇਹ ਰੇੜਕਾ ਹੈ ਇਹ ਕੋਈ ਅੱਜ ਦਾ ਨਹੀਂ ਹੈ। ਬੁੱਢੇ ਨਾਲੇ ਦਾ ਰੇੜਕਾ ਪਿਛਲੇ 5-7 ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਅਤੇ ਪਹਿਲਾਂ ਲਗਾਤਾਰ ਇਹਦੇ ਲਈ ਕੰਮ ਹੈ ਜਿਹੜੇ ਸੰਤ ਸੀਚੇਵਾਲ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਸਮੱਸਿਆ ਇਸ ਚੀਜ਼ ਦੀ ਆ ਰਹੀ ਹੈ ਵੀ ਉਹ ਸਾਫ਼ ਕਰ ਰਹੇ ਨੇ ਅਤੇ ਹੋਰ ਗੰਦ ਵਿੱਚ ਡਿੱਗ ਰਿਹਾ, ਡਿੱਗ ਰਿਹਾ ਜੀ। ਮਤਲਬ ਸਾਫ਼ ਸਫਾਈ ਹੋ ਰਹੀ ਹੈ, ਉੱਪਰੋਂ ਹੋਰ ਵਿੱਚ ਪੈ ਰਿਹਾ ਤਾਂ ਉਹ ਸਾਫ਼ ਕੀਤਾ ਨਾ ਕੀਤਾ ਬਰਾਬਰ ਰਹਿ ਰਿਹਾ, ਜਿਹਦੇ ਕਰਕੇ ਹੁਣ ਗੱਲ ਇਹ ਹੈ ਕਿ ਸੰਤ ਸੀਚੇਵਾਲ ਸਰਕਾਰ ਦੇ ਵਿੱਚ ਨੇ, ਰਾਜ ਸਭਾ ਮੈਂਬਰ ਨੇ, ਬੋਲ ਸਕਦੇ ਨਹੀਂ, ਕਹਿਣ ਕੀ? ਪਹਿਲਾਂ ਤਾਂ ਬਹੁਤ ਬੋਲੇ ਨੇ ਉਹ ਜਦੋਂ ਰਾਜ ਸਭਾ ਮੈਂਬਰ ਨਹੀਂ ਸੀ, ਬੜੇ ਉਹਨਾਂ ਨੇ ਤਰਕ ਦਿੱਤੇ ਨੇ ਵੀ ਅਜਿਹਾ ਕਿਉਂ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ, ਪਰ ਜਦੋਂ ਤੋਂ ਉਹ ਰਾਜ ਸਭਾ ਮੈਂਬਰ ਬਣੇ ਨੇ ਉਦੋਂ ਤੋਂ ਉਹਨਾਂ ਦੇ ਹੱਥ ਜਾਂ ਮੂੰਹ ਕਹਿ ਲਓ ਵੀ ਉਹ ਬੰਨੇ ਗਏ ਨੇ, ਉਹ ਬੋਲ ਨਹੀਂ ਸਕਦੇ। ਹੁਣ ਸਮੱਸਿਆ ਖੜੀ ਹੁੰਦੀ ਹੈ ਪਿੱਛੇ ਜੇ ਇਹਨਾਂ ਦੇ ਵਿਧਾਇਕ ਨੇ ਵੀ ਬੜਾ ਰੌਲਾ ਪਾਇਆ, ਉਹਨੇ ਵੀ ਨੀਂਹ ਪੱਥਰ, ਹਾਂਜੀ ਗੋਗੀ, ਉਹਨਾਂ ਨੇ ਵੀ ਨੀਂਹ ਪੱਥਰ ਤੋੜੇ, ਸਾਰਾ ਕੁਛ ਕੀਤਾ, ਉਹ ਵੀ ਪੂਰਾ ਲਾਈਮਲਾਈਟ ਦੇ ਵਿੱਚ ਰਹੇ, ਪਰ ਉਹਦਾ ਰਿਜ਼ਲਟ ਕੀ ਨਿਕਲਿਆ? ਉਹਦਾ ਰਿਜ਼ਲਟ ਆ ਨਿਕਲਿਆ ਜਿਹੜਾ ਅਸੀਂ ਅੱਜ ਦੇਖ ਰਹੇ ਹਾਂ। ਕੈਨੇਡੀਅਨ ਕੰਪਨੀ ਨੇ ਕੈਨੇਡੀਅਨ ਕੰਪਨੀ ਨੂੰ ਜਿਹੜੀ ਨੂੰ ਇਹ ਠੇਕਾ ਦਿੱਤਾ ਗਿਆ ਉਹਦਾ ਨਾਂ ਹੈਗਾ ਨੇਬੁਲਾ, ਨੇਬੁਲਾ ਕੰਪਨੀ ਹੈ। 3 ਪੜਾਵਾਂ ਦੇ ਵਿੱਚ ਬੁੱਢੇ ਨਾਲੇ ਦੀ ਸਫਾਈ ਹੈ ਜਿਹੜੀ ਉਹਨਾਂ ਨੇ ਕਰਨੀ ਹੈ। ਹੁਣ ਵੱਡਾ ਸਵਾਲ ਇਹ ਉੱਠਦਾ ਕਿ ਸਾਡੇ ਕੋਲ ਪੰਜਾਬ ਦੇ ਵਿੱਚ ਇਹੋ ਜਿਹੇ ਐਕਸਪਰਟ ਨਹੀਂ ਹੈ ਜਿਹੜੇ ਇਹਦੇ 'ਤੇ ਕੰਮ ਕਰ ਸਕਣ, ਕੀ ਅਸੀਂ ਆਪਣੇ ਐਕਸਪਰਟ ਦੀ ਕਾਰਗੁਜ਼ਾਰੀ 'ਤੇ ਖੁਦ ਹੀ ਸਵਾਲ ਉਠਾ ਰਹੇ ਹਾਂ ਜੀ? ਕਿਉਂਕਿ ਵੱਡੇ ਪੱਧਰ ਤੁਸੀਂ ਦੇਖੋ ਵੀ ਲੁਧਿਆਣਾ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, ਉਹਦੇ ਵਿੱਚ ਵੱਡੇ ਪ੍ਰੋਫੈਸਰ ਨੇ, PhD ਹੋਲਡਰ ਅਧਿਕਾਰੀ ਬੈਠੇ ਨੇ ਉੱਥੇ, ਕੀ ਉਹ ਇਹਦੇ 'ਤੇ ਕੰਮ ਨਹੀਂ ਕਰ ਸਕਦੇ? ਪਰ ਸਵਾਲ ਇਹ ਹੈ ਕਿ ਤੁਸੀਂ ਉਹਨਾਂ ਤੋਂ ਸ਼ਾਇਦ ਰਾਏ ਨਹੀਂ ਲਈ ਹੋਵੇ। ਜੇ ਰਾਏ ਲਓਗੇ, ਜੇ ਉਹਨਾਂ ਨੇ ਕੋਈ ਉਹੋ ਜਿਹੀ ਰਾਏ ਦੇਤੀ ਜਿਹੜੀ ਤੁਸੀਂ ਨਾ ਮੰਨੀ, ਤਾਂ ਫਿਰ ਤੁਹਾਡੇ 'ਤੇ ਸਵਾਲ ਖੜੇ ਹੋਣਗੇ। ਹੁਣ ਤੁਸੀਂ ਬਾਹਰੋਂ ਕੈਨੇਡਾ ਦੀ ਕੰਪਨੀ ਬੁਲਾ ਰਹੇ ਹੋ, ਇਹਦਾ ਮਤਲਬ ਇਹ ਤੁਹਾਡੇ ਮੁਤਾਬਕ ਕੰਮ ਕਰੇਗੀ, ਕਿਉਂਕਿ ਤੁਸੀਂ ਉਹਨਾਂ ਨੂੰ ਪ੍ਰੋਜੈਕਟ ਦਿੱਤਾ, ਤੁਸੀਂ ਪੈਸੇ ਦਿੱਤੇ ਉਹਨਾਂ ਨੂੰ, ਉਹਨਾਂ ਨੇ ਕੰਮ ਕਰਨਾ ਅਤੇ ਤੁਸੀਂ ਮੁਤਾਬਕ ਉਹ ਤੁਹਾਡੇ ਕੰਮ ਕਰੇਗੀ ਜੀ? ਹੁਣ ਬੁੱਢੇ ਨਾਲੇ ਦੀ ਸਫਾਈ ਜਿਹੜੀ ਦਾ ਕੰਮ ਇਹਨਾਂ ਨੂੰ ਦਿੱਤਾ ਗਿਆ, ਤੁਸੀਂ ਇਹ ਸੋਚੋ ਵੀ ਇਹਨਾਂ ਨੇ ਕੰਮ ਕਰਨਾ ਕਿਵੇਂ ਹੈ? ਇਹ ਕਹਿੰਦੇ ਵੀ ਓਜ਼ੋਨ ਗੈਸ ਹੈ ਜਿਹੜੀ ਉਹਦੇ ਨਾਲ ਇਹਦੀ ਸਾਫ਼ ਸਫਾਈ ਹੋਏਗੀ ਜੀ। ਓਜ਼ੋਨ ਗੈਸ ਹੈ ਜਿਹੜੀ ਇਹ ਤਕਨੀਕ ਆ ਓਜ਼ੋਨ ਗੈਸ ਦੇ ਨਾਲ ਸਾਫ਼ ਸਫਾਈ ਦੀ, ਉਹ EPA ਯਾਨੀ ਕਿ ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਹੈ ਜਿਹੜੀ ਆਪਣੇ ਦੇਸ਼ ਦੀ, ਉਹਦੇ ਵੱਲੋਂ ਪ੍ਰਮਾਣਿਤ ਨਹੀਂ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੀ ਉਸ ਟਾਈਮ 'ਤੇ ਹੁਣ ਪੋਲਿਊਸ਼ਨ ਫੈਲੂਗਾ, ਜਿਹੜੇ ਉਸ ਗੈਸ ਦੇ ਨਾਲ ਨੁਕਸਾਨ ਹੋਣਗੇ, ਸਭ ਤੋਂ ਵੱਡੀ ਗੱਲ ਹੈ ਕਿਹਾ ਜਾ ਰਿਹਾ ਕਿ ਉਸ ਗੈਸ ਨਾਲ ਜਦੋਂ ਜਿਹੜੀ ਸਾਫ਼ ਸਫਾਈ ਹੁੰਦੀ ਹੈ ਉਹਦਾ ਕੈਮੀਕਲ ਬਣਦਾ, ਉਸ ਕੈਮੀਕਲ ਤੋਂ ਕੈਂਸਰ ਹੈ ਜਿਹੜਾ ਉਹ ਵੱਡੇ ਪੱਧਰ 'ਤੇ ਫੈਲਦਾ ਬਲਵਿੰਦਰ ਜੀ। ਇਹਦਾ ਮਤਲਬ ਇਹ ਕਿ ਅਸੀਂ ਜਿਹੜੇ ਅੱਗੇ ਆਊਟਪੁੱਟ ਆਉਣੀ ਹੈ ਅਸੀਂ ਉਦੋਂ ਤੋਂ ਤਾਂ ਅਸੀਂ ਸੋਚਿਆ ਹੀ ਨਹੀਂ ਇੰਨਾ ਲੰਬਾ
ਕੀ ਤੁਸੀਂ ਉਹਦੇ ਬਾਰੇ ਰਿਸਰਚ ਕੀਤੀ? ਕੀ ਤੁਸੀਂ ਰਿਸਰਚ, ਇਹ ਤਾਂ ਹੈ ਨਹੀਂ ਕਿ ਬੁੱਢੇ ਨਾਲੇ 'ਤੇ ਕਿਸੇ ਨੇ ਰਿਸਰਚ ਕੀਤੀ ਨਹੀਂ ਹੋਣੀ, ਬਹੁਤ ਸਾਰੇ ਬੰਦੇ ਹੋਣਗੇ ਜਿਨ੍ਹਾਂ ਨੇ ਰਿਸਰਚ ਕੀਤੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਤੁਸੀਂ ਵਿਚਾਰ ਚਰਚਾ ਕਰ ਲਓ, ਤੁਸੀਂ ਸਲਾਹ ਲੈ ਲਓ ਕਿਸੇ ਦੀ, ਪਰ ਸਲਾਹ ਲੈਣੀ ਜ਼ਰੂਰੀ ਨਹੀਂ ਸਮਝੀ ਗਈ, ਕਿਉਂਕਿ ਗੱਲ ਇਹ ਹੈ ਕਿ ਫਿਰ ਮਸ਼ਹੂਰੀ ਵਾਲੀ ਸਰਕਾਰ ਦੀ ਗੱਲ ਆ ਜਾਂਦੀ ਹੈ। ਹੁਣ ਭਗਵੰਤ ਮਾਨ ਸਾਹਿਬ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਤਾਂ ਪਾਉਣੀ ਹੈ, ਦੇਖੋ ਅਸੀਂ ਕੈਨੇਡਾ ਦੀ ਕੰਪਨੀ ਬੁਲਾਈ, ਅਸੀਂ ਉਹਦੇ ਤੋਂ ਬੁੱਢੇ ਨਾਲੇ ਦੀ ਸਫਾਈ, ਜੋ ਪੁਰਾਣੀ ਸਰਕਾਰਾਂ ਨਹੀਂ ਕਰ ਸਕੀਆਂ ਅਸੀਂ ਕਰਕੇ ਦਿਖਾਇਆ, ਅਸੀਂ ਕਰਕੇ ਦਿਖਾਇਆ। ਸੋ ਇਹੋ ਜਿਹੀਆਂ ਕਿੰਨੀਆਂ ਚੀਜ਼ਾਂ ਹੁਣ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੈ, ਕਿਉਂਕਿ ਅੱਗੇ ਜ਼ਿਮਨੀ ਚੋਣਾਂ ਨੇ, ਚਾਰ ਆ ਰਹੀਆਂ ਨੇ। ਕੈਨੇਡਾ ਦੀ ਕੰਪਨੀ ਤਾਂ ਰਹੀ ਆ, ਪਰ ਪੰਜਾਬ ਸਰਕਾਰ ਮਨਰੇਗਾ ਦੇ ਮਜ਼ਦੂਰਾਂ ਦਾ ਜ਼ਰੂਰ ਖਿਆਲ ਰੱਖੇ। ਇਹ ਨਾਲੇ ਦੀ ਸਫਾਈ ਵਾਸਤੇ ਜਿਹੜੇ ਪਿੱਟਦੇ ਨੇ ਵਿਚਾਰੇ, ਵੀ 3 ਮਹੀਨੇ ਸਾਨੂੰ ਕਰਕੇ ਵਿਹਲਾ ਕਰ ਦਿੰਦੇ ਨੇ, ਉਹਨਾਂ ਨੂੰ ਰੁਜ਼ਗਾਰ ਵੀ ਮਿਲ ਜਾਊਗਾ। ਚਲੋ ਕੈਨੇਡਾ ਦੀ ਕੰਪਨੀ ਵਾਲੇ, ਪਰ ਉਹਨਾਂ ਨੂੰ ਜ਼ਰੂਰ ਰੁਜ਼ਗਾਰ ਦਿੱਤਾ ਜਾਵੇ, ਸਰਕਾਰ ਨੂੰ ਅਪੀਲ ਹੱਥ ਜੋੜ ਕੇ। ਹੁਣ ਐਵੇਂ ਹੈ ਨਾ ਵੀ ਰੁਜ਼ਗਾਰ ਜਿਹੜੇ ਵਰਕਰ ਨੇ, ਇਹ ਹੇਠਲੇ ਪੱਧਰ ਦੇ ਵਰਕਰ ਨੇ, ਉਹ ਤਾਂ ਕੈਨੇਡਾ ਦੀ ਕੰਪਨੀ ਨੇ ਨਾਲ ਲੈ ਕੇ ਨਹੀਂ ਨਾ ਉਹਨੇ ਵੀ ਜਹਾਜ਼ ਦੀਆਂ ਟਿਕਟਾਂ ਕਰਾ ਕੇ ਕਿੱਧਰੋਂ ਉੱਧਰੋਂ ਆ ਰਹੇ ਨੇ, ਉਹ ਤਾਂ ਇੱਥੋਂ ਹੀ ਲੈਣੇ ਨੇ। ਜੇ ਵਰਕਰ ਸਾਡੇ ਨੇ, ਫਿਰ ਦਿਮਾਗ ਸਾਡਾ ਕਿਉਂ ਨਹੀਂ ਹੈ, ਫਿਰ ਪ੍ਰੋਜੈਕਟ ਸਾਡਾ ਕਿਉਂ ਨਹੀਂ ਹੋ ਸਕਦਾ? ਇਹਦਾ ਮਤਲਬ ਇਹ ਹੈ ਤੁਸੀਂ ਸਿੱਧੇ ਤਰੀਕੇ ਨਾਲ ਇਹ ਕਹਿ ਰਹੇ ਹੋ ਵੀ ਪੰਜਾਬੀ ਕੈਪੇਬਲ ਨਹੀਂ ਹੈਗੇ ਇਸ ਚੀਜ਼ ਦੇ। ਸੋ ਅਸੀਂ ਇਸ ਚੀਜ਼ ਨੂੰ ਮਾੜਾ ਨਹੀਂ ਕਹਿੰਦੇ, ਉਹਨਾਂ ਚੀਜ਼ਾਂ ਦੀਆਂ ਕੰਪਨੀਆਂ ਲੈ ਕੇ ਆਓ ਜਿਨ੍ਹਾਂ ਦੀ ਜ਼ਰੂਰਤ ਹੈ। ਇੱਥੇ ਸਾਡੇ ਕੋਈ ਵੱਡਾ ਰੋਜ਼ਗਾਰ ਪ੍ਰੋਜੈਕਟ ਲਾਉਣ ਦੀ ਲੋੜ ਹੈ, ਕੋਈ ਕੰਪਨੀ ਲਾਉਣ ਦੀ ਲੋੜ ਹੈ ਜਿਹੜੀ ਲੱਗਦਾ ਕਿ ਬਾਹਰਲੇ ਦੇਸ਼ 'ਚ ਲੱਗੀ ਹੋਈ ਹੈ ਅਤੇ ਇੱਧਰ ਜ਼ਰੂਰਤ ਹੈ ਲਾਉਣ ਦੀ, ਜਿਨ੍ਹਾਂ ਕੋਲ ਤਜ਼ਰਬਾ, ਉਹਨਾਂ ਨੂੰ ਤੁਸੀਂ ਲੈ ਕੇ ਆਓ, ਤੁਸੀਂ ਰੁਜ਼ਗਾਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਗਲੀਆਂ ਨਾਲੀਆਂ ਨਾਲੇ ਦਾ ਸਾਫ਼ ਸਫਾਈ ਕਰਨ ਦਾ ਤਜ਼ਰਬਾ ਸਾਡੇ ਕੋਲ ਬਹੁਤ ਜ਼ਿਆਦਾ ਹੈ, ਕਿਉਂਕਿ ਕੈਨੇਡਾ 'ਚ ਤਾਂ ਨਾਲੀਆਂ ਹੈ ਹੀ ਨਹੀਂ, ਗਲੀਆਂ ਹੈ ਹੀ ਨਹੀਂ, ਨਾਲੇ ਹੈ ਹੀ ਨਹੀਂ। ਉਹਨਾਂ ਨੂੰ ਕੀ ਐਕਸਪੀਰੀਅੰਸ ਹੈ ਇਸ ਚੀਜ਼ ਦਾ? ਐਕਸਪੀਰੀਅੰਸ ਤਾਂ ਇੰਡੀਆ ਦੇ ਲੋਕਾਂ ਨੂੰ ਜ਼ਿਆਦਾ ਨਾ। ਸੋ ਇਹ ਜਿਹੜੀ ਬਿਲਕੁਲ ਇੱਕ ਕਹਿ ਲਓ ਕਿ ਮੰਨਣਯੋਗ 'ਚ ਹੀ ਨਹੀਂ ਹੈ ਗੱਲ, ਮੰਨਣਯੋਗ ਹੀ ਨਹੀਂ ਹੈ ਕਿ ਤੁਸੀਂ ਬਾਹਰ ਦੀ ਕੰਪਨੀ ਨੂੰ ਲਿਆ ਰਹੇ ਹੋ ਨਾਲੇ ਸਾਫ਼ ਕਰਨ ਵਾਸਤੇ। ਇਸ ਹਿਸਾਬ ਨਾਲ ਦੇਖਿਆ ਜਾਵੇ ਦਰਬਾਰ ਸਾਹਿਬ, ਅਗਰ ਤੁਹਾਨੂੰ ਯਾਦ ਹੋਵੇ ਜਦੋਂ ਦਰਬਾਰ ਸਾਹਿਬ ਦੇ ਸਰੋਵਰ ਦੀ ਸਫਾਈ ਹੋਈ ਸੀ ਤਾਂ ਬਾਹਰ ਦੀ ਕਿਸੇ ਕੰਪਨੀ ਨੇ ਅਨੁਮਾਨ ਲਗਾਇਆ ਸੀ ਬਲਵਿੰਦਰ ਜੀ ਕਿ ਇਹ ਘੱਟੋ ਘੱਟ 3 ਤੋਂ 4 ਮਹੀਨਿਆਂ 'ਚ ਸਫਾਈ ਹੋਏਗੀ ਦਰਬਾਰ ਸਾਹਿਬ ਦੇ ਸਰੋਵਰ ਦੀ ਜੀ, ਅਤੇ ਜਿਹੜੀ ਸਾਡੀ ਸੰਗਤ ਨੇ 2 ਤੋਂ 3 ਦਿਨਾਂ 'ਚ ਕਰਤੀ ਸੀ। ਇਹਦਾ ਮਤਲਬ ਦਿਮਾਗ ਕਿਹਦੇ ਪਿੱਛੇ ਜ਼ਿਆਦਾ? ਫਿਰ ਤੁਸੀਂ ਉਹਨਾਂ ਦਾ ਇੱਕ ਲਾਇਆ ਗਿਆ ਆਈਡੀਆ ਤਾਂ ਫੇਲ ਹੋ ਗਿਆ ਨਾ, ਇਸ ਤਾਂ ਫੇਲ ਕਰਤਾ ਉਹ। ਫਿਰ ਤੁਸੀਂ ਇਸ ਚੀਜ਼ ਦੇ ਉੱਪਰ ਸਵਾਲ, ਅਸੀਂ ਕੰਪੈਰੀਜ਼ਨ ਨਹੀਂ ਕਰ ਰਹੇ ਇੱਥੇ ਸਰੋਵਰ ਦਾ ਜਾਂ ਫਿਰ ਬੁੱਢੇ ਨਾਲੇ ਦਾ, ਗੱਲ ਹੈ ਪੰਜਾਬੀਆਂ ਦੇ ਦਿਮਾਗ ਦੀ ਕਿ ਕਿਹਦੇ ਪਿੱਛੇ ਦਿਮਾਗ ਕਿੰਨਾ। ਜੇ ਆਪਣੀ ਤੇ ਆ ਜਾਣ ਤਾਂ ਕੁਝ ਵੀ ਕਰ ਸਕਦੇ ਨੇ, ਕਰ ਸਕਦੇ ਨੇ। ਸੋ ਮੈਨੂੰ ਲੱਗਦਾ ਹੈ ਕਿ ਇਹ ਬੜੀ ਬੇਬੁਨਿਆਦ ਜੀ ਗੱਲ ਕੀਤੀ ਹੈ। ਮਜੀਠੀਆ ਸਾਹਿਬ ਕਿਤੇ ਨਾ ਕਿਤੇ ਸਹੀ ਨੇ ਕਿ ਬੇਬੁਨਿਆਦ ਗੱਲ ਹੈ, ਇਹਦੇ ਪਿੱਛੇ ਕੋਈ ਲੌਜਿਕ ਨਹੀਂ ਬਣਦਾ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ ਰਾਹੁਲ ਗਾਂਧੀ ਦੀ। ਰਾਹੁਲ ਗਾਂਧੀ ਵੱਲੋਂ ਜਦੋਂ ਦਾ ਅਮਰੀਕਾ ਦੇ ਵਿੱਚ ਸਿੱਖਾਂ ਬਾਰੇ ਬਿਆਨ ਦਿੱਤਾ ਗਿਆ, ਲਗਾਤਾਰ ਜਿਹੜੀ ਸਿੱਖ ਜਥੇਬੰਦੀਆਂ ਹੋ ਗਈਆਂ, ਭਾਜਪਾ ਲਗਾਤਾਰ ਘੇਰਦੀਆਂ ਹੋਈ ਨਜ਼ਰ ਆਉਂਦੀਆਂ ਨੇ। ਹਾਲਾਂਕਿ ਰਾਹੁਲ ਗਾਂਧੀ ਪੁਤਲੇ ਫੂਕੇ ਜਾਂਦੇ ਨੇ, ਪ੍ਰਦਰਸ਼ਨ ਕੀਤਾ ਜਾਂਦਾ। ਅੱਜ ਇੱਕ ਸਿੱਖ ਵਫਦ ਆਹੋ ਰਾਜ ਦੇ ਮੰਤਰੀ ਨੂੰ ਮਿਲਿਆ ਜੀ। ਜੀ ਦੇਖੋ ਬਲਵਿੰਦਰ ਜੀ, ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਜੇ ਉਸ ਰਾਹੁਲ ਗਾਂਧੀ ਦੇ ਬਿਆਨ ਦੀ ਗੱਲ ਕਰੀਏ ਤਾਂ ਉਹਦੇ 'ਚ ਝੂਠ ਕੀ ਹੈ ਜੀ? ਦਰਸ਼ਕ ਵੀ ਨੇ, ਮੇਰਾ ਇਹਨਾਂ ਨੂੰ ਵੀ ਸਵਾਲ ਹੈ ਵੀ ਇਹਦੇ 'ਚ ਝੂਠ ਕੀ ਹੈ? ਜਗ੍ਹਾ ਜਗ੍ਹਾ ਦੇ ਉੱਪਰ ਸਿੱਖ ਕਮਿਊਨਿਟੀ ਨਾਲ ਰਿਲੇਟਡ ਜਿਹੜੇ ਲੋਕ ਨੇ, ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ, ਜਗ੍ਹਾ ਜਗ੍ਹਾ 'ਤੇ ਕਕਾਰ ਉਤਰਵਾਏ ਜਾਂਦੇ, ਕੜੇ ਲਾਉਣ ਨੂੰ ਕਿਹਾ ਜਾਂਦਾ। ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਵੀ ਤੁਸੀਂ ਪੱਗਾਂ ਦੇ ਵਿੱਚ ਸ਼ਾਇਦ ਕੁਛ ਪਾਇਆ ਸੀ, ਚੈਕਿੰਗ ਕਰਨੀ ਹੈ। ਏਅਰਪੋਰਟ ਦੇ ਉੱਪਰ ਸਾਡੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਚੜ੍ਹਨ ਨਹੀਂ ਦਿੱਤਾ ਜਾਂਦਾ। ਤਾਜ਼ਾ ਐਗਜ਼ਾਮਪਲ ਡੱਲੇਵਾਲ ਸਾਹਿਬ ਨੂੰ ਰੋਕ ਲਿਆ ਗਿਆ ਸੀਗਾ ਜੀ, ਬਿਲਕੁਲ ਉਹਨਾਂ ਦੇ ਜਾਣਾ ਇੰਡੀਆ ਦੇ ਵਿੱਚ ਹੀ ਸੀ ਨਾ, ਇੰਡੀਆ ਦੇ ਵਿੱਚ ਉੱਥੇ ਦਿੱਲੀ ਏਅਰਪੋਰਟ 'ਤੇ ਰੋਕ ਲਿਆ ਗਿਆ ਜੀ ਕਕਾਰ ਆਉਣ ਲੱਗ ਗਿਆ, ਬਿਲਕੁਲ। ਸੋ ਜੇ ਉਹਨਾਂ ਨੇ ਇਹ ਗੱਲ ਕਹਿਤੀ ਵੀ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹੈ, ਤਾਂ ਉਹ 'ਚ ਝੂਠ ਵੀ ਕੀ ਹੈ? ਇਹਦਾ ਮਤਲਬ ਇਹ ਹੈ ਕਿ ਤੁਸੀਂ ਪਹਿਲਾਂ ਲੋਕਾਂ ਨੂੰ ਉਹ ਮਾਹੌਲ ਕ੍ਰੀਏਟ ਕੀਤਾ ਤਾਂ ਰਾਹੁਲ ਗਾਂਧੀ ਉਹਨਾਂ ਨੂੰ ਗੱਲ ਕਰਨ ਦਾ ਮੌਕਾ ਮਿਲਿਆ, ਠੀਕ ਹੈ। ਦੂਜੀ ਗੱਲ ਇਹਨਾਂ ਨੇ ਕੀਤੀ ਹੈ ਕਿ ਇਹ ਗ੍ਰਹਿ ਰਾਜ ਮੰਤਰੀ ਨਿਤਿਆ ਆਨੰਦ ਰਾਏ ਦੇ ਨਾਲ ਮੁਲਾਕਾਤ ਕੀਤੀ ਹੈ ਮਨਜਿੰਦਰ ਸਿਰਸਾ ਹੋਣਾ ਨੇ। ਇੱਥੇ ਤਾਂ ਆਪਣੇ ਘਰ ਆ, ਆਪਣੇ ਵਿਹੜਾ, ਸਿਰਸਾ ਸਾਹਿਬ ਆਪ ਵੀ ਤਾਂ ਬੀਜੇਪੀ 'ਚ ਨੇ,
ਚਾਰ ਬੰਦੇ ਨਾਲ ਲੈ ਜਾ ਕੇ ਗ੍ਰਹਿ ਰਾਜ ਮੰਤਰੀ ਨੂੰ ਮਿਲ ਲੇ, ਸੁਭਾਵਿਕ ਗੱਲ ਉਹਨਾਂ ਨੇ ਤੁਹਾਡੀ ਗੱਲ ਮੰਨਣੀ ਹੈ। ਇਹ ਤਾਂ ਤੁਸੀਂ ਜੇ ਨਾ ਵੀ ਜਾਂਦੇ ਫੋਨ 'ਤੇ ਵੀ ਕਹਿ ਦਿੰਦੇ ਉਹਨਾਂ ਨੇ ਤਾਂ ਵੀ ਮੰਨ ਲੈਣੀ ਸੀ, ਆਪਣਾ ਹੀ ਤਾਂ ਬੰਦਾ। ਸੋ ਇਸ ਤਰ੍ਹਾਂ ਕਿਉਂਕਿ ਮਨਜਿੰਦਰ ਸਿਰਸਾ ਉਹਨਾਂ ਨੂੰ ਦਰਅਸਲ ਲਾਈਮਲਾਈਟ 'ਚ ਰਹਿਣ ਦੀ ਬਹੁਤ ਆਦਤ ਹੈ। ਤੁਸੀਂ ਪਿਛਲੇ ਸਮੇਂ 'ਚ ਦੇਖਿਆ ਹੋਣਾ ਵੀ ਕੋਈ ਉਹਨਾਂ ਦੇ ਨਾਂ ਨਾਲ ਕੋਈ ਅਹੁਦਾ ਨਹੀਂ ਲੱਗਿਆ ਵੀ ਉਹ ਕਿਤੋਂ MLA ਹੋਣ ਦੀ ਗੱਲ ਕਰੀਏ, ਕਿਤੋਂ MLA ਹੋਣ, ਕਿਤੋਂ MP ਹੋਣ, ਇੱਦਾਂ ਦਾ ਕੁਛ ਨਹੀਂ ਹੈ। ਬਸ ਉਹ ਭਾਜਪਾ ਦੇ ਇੱਕ ਲੀਡਰ ਨੇ ਅਤੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਵੀ ਅੱਛਾ ਹੁਣ ਸਿੱਖਾਂ ਬਾਰੇ ਕਿਹੜੀ ਗੱਲ ਹੋ ਰਹੀ ਹੈ ਵੀ ਜਿੱਤੇ ਮੁੱਦਾ ਚੁੱਕਣਾ। ਹਾਲਾਂਕਿ ਹੁਣ ਇਹ ਚਾਹੀਦਾ ਮਨਜਿੰਦਰ ਸਿਰਸਾ ਜਾ ਕੇ ਗ੍ਰਹਿ ਰਾਜ ਮੰਤਰੀ ਨੂੰ ਇਹ ਗੱਲ ਕਹਿਣ ਕਿ ਅੱਜ ਸਾਡੇ 'ਤੇ ਸਵਾਲ ਚੁੱਕਿਆ ਗਿਆ, ਕਿਹਾ ਗਿਆ ਕਿ ਸਿੱਖ ਕਮਿਊਨਿਟੀ ਸੇਫ ਨਹੀਂ ਹੈ, ਤਾਂ ਤੁਸੀਂ ਇਸ ਚੀਜ਼ ਦੀ ਗਰੰਟੀ ਦਿਓ ਕਿ ਸਿੱਖ ਕਮਿਊਨਿਟੀ ਨੂੰ ਅਸੀਂ ਸੇਫ ਕਰਾਂਗੇ। ਇਹ ਹੋਣਾ ਚਾਹੀਦਾ, ਨਾ ਕਿ ਰਾਹੁਲ ਗਾਂਧੀ ਦੇ ਬਿਆਨ ਦੇ ਉੱਪਰ ਜਾਣਾ ਚਾਹੀਦਾ। ਇੱਥੇ ਮੈਟਰ ਨਹੀਂ ਕਰਦਾ ਬਲਵਿੰਦਰ ਜੀ ਕਿ ਕਿਹਨੇ ਕਿਹਾ ਕੀ ਬਿਆਨ ਦਿੱਤਾ, ਕਿਸੇ ਵੀ ਪਾਰਟੀ ਦਾ ਕੋਈ ਵੀ ਲੀਡਰ ਹੋਵੇ, ਮੈਟਰ ਇਹ ਕਰਦਾ ਕਿਹਦਾ ਬਿਆਨ ਸੱਚ ਹੈ। ਵੈਸੇ ਤਾਂ ਸਿਆਸਤ 'ਚ ਸੱਚ ਹੁੰਦਾ ਨਹੀਂ ਹੈ, ਪਰ ਚਲੋ ਕਿਤੇ 80% ਪਿੱਛੇ 20% ਕੋਈ ਸੱਚ ਨਿਕਲ ਵੀ ਆਉਂਦਾ, ਅਸੀਂ ਡਿਨਾਈ ਨਹੀਂ ਕਰਦੇ। ਕੁਛ ਲੀਡਰ ਵਿੱਚੋਂ ਇਮਾਨਦਾਰ ਨੇ, ਬੋਲਦੇ ਵੀ ਨੇ। ਸੋ ਫਿਰ ਇਸ ਸੱਚ ਨੂੰ ਸੁਣਨਾ ਸਿੱਖੋ ਨਾ, ਜੋ ਤੁਹਾਡੀ ਸਰਕਾਰ ਦੇ ਵਿੱਚ ਸਾਰਾ ਕੁਝ ਹੋ ਰਿਹਾ। ਸਿੱਖ ਕਮਿਊਨਿਟੀ ਅਤੇ ਮੁਸਲਿਮ ਕਮਿਊਨਿਟੀ ਨਾਲ ਸਭ ਤੋਂ ਜ਼ਿਆਦਾ ਧੱਕਾ BJP ਦੇ ਰਾਜ ਦੇ ਵਿੱਚ ਹੋਇਆ, ਇਹ ਅੱਖੀਂ ਦੇਖੀ ਗੱਲ ਹੈ। ਹੁਣ ਤਾਂ ਸੋਸ਼ਲ ਮੀਡੀਆ ਬੜਾ ਆਮ ਹੈ, ਜੇ ਤੁਹਾਨੂੰ ਲੱਗਦਾ ਕਿ ਕੋਈ ਬੰਦਾ ਝੂਠ ਬੋਲ ਰਿਹਾ ਤਾਂ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਉੱਤੇ ਮਿੰਟ 'ਚ ਵੀਡੀਓ ਵਾਇਰਲ ਹੋ ਜਾਂਦੀ ਹੈ। ਡੱਲੇਵਾਲ ਸਾਹਿਬ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਹੀ ਪਾਇਆ ਸੀ ਨਾ ਕਿ ਦੇਖੋ ਇਹਨਾਂ ਨੇ ਮੈਨੂੰ ਜਹਾਜ਼ 'ਤੇ ਚੜ੍ਹਨ ਨਹੀਂ ਦਿੱਤਾ ਗਾ, ਉਹ ਵੀ ਸਰਦਾਰ ਨੇ, ਉਹ ਵੀ ਸਿੱਖ ਨੇ। ਸੋ ਤੁਸੀਂ ਉਸ ਚੀਜ਼ ਨੂੰ ਡਿਨਾਈ ਕਿਵੇਂ ਕਰ ਸਕਦੇ ਹੋ? ਸੋਸ਼ਲ ਮੀਡੀਆ 'ਤੇ ਹੁਣ ਲੋਕਾਂ ਤੱਕ ਡਾਇਰੈਕਟ ਗੱਲ ਚ ਜਾਂਦੀ ਹੈ, ਹੁਣ ਉਹ ਨਹੀਂ ਲੋਕਾਂ ਤੱਕ ਜਾਂਦਾ ਜੋ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ, ਹੁਣ ਲੋਕਾਂ ਤੱਕ ਹਰ ਇੱਕ ਗੱਲ ਪਹੁੰਚਦੀ ਹੈ। ਸੋ ਮੈਨੂੰ ਐਂ ਲੱਗਦਾ ਕਿ ਆ ਕਾਰਵਾਈਆਂ ਕੁਰਵਾਈਆਂ ਦੇ ਚੱਕਰਾਂ 'ਚ ਪੈਣ ਦੀ ਬਜਾਏ ਨਾ ਸਿਰਸਾ ਸਾਹਿਬ ਖੁਦ ਇੱਕ ਸਿੱਖ ਨੇ ਅਤੇ ਜਾ ਕੇ ਇਸ ਗੱਲ ਦੀ ਸ਼ਿਓਰਟੀ ਲੈਣ BJP ਤੋਂ ਕਿ ਅਸੀਂ ਸਿੱਖ ਹਾਂ ਜਿਹੜੇ ਉਹ ਸੇਫ ਹਾਂ, ਸਾਡੀ ਸੇਫਟੀ ਤੁਹਾਡੇ ਹੱਥ ਹੈ ਅਤੇ ਜੋ ਸਾਡੇ ਨਾਲ ਹੋ ਰਿਹਾ ਧੱਕਾ ਉਹ ਨਹੀਂ ਹੋਏਗਾ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ, ਗ੍ਰਹਿ ਮੰਤਰੀ ਨੇ ਜੀ ਅਮਿਤ ਸ਼ਾਹ ਵੱਲੋਂ ਬਿਆਨ ਦਿੱਤਾ ਗਿਆ, ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਹਿਸ਼ਤਗਰਦਾਂ ਨੂੰ ਖਤਮ ਕਰ ਦਿੱਤਾ ਗਿਆ ਜੀ ਭਾਰਤ ਦੇ ਵਿੱਚ ਜੀ। ਫਿਰ ਸਵਾਲ ਇਹ ਹੈ ਬਲਵਿੰਦਰ ਜੀ, ਜਿਹੜੇ ਪਿਛਲੇ ਦਿਨੀ ਅਮਰਨਾਥ ਯਾਤਰਾ ਦੇ ਦੌਰਾਨ ਇੱਕ ਬੱਸ 'ਤੇ ਅਟੈਕ ਹੋਇਆ ਸੀਗਾ ਜਾਂ ਉਸ ਤੋਂ ਬਾਅਦ ਬੜੇ ਅਟੈਕ ਹੋਏ ਨੇ, ਫਿਰ ਉਹ ਕਿਵੇਂ ਹੋ ਗਏ? ਦਹਿਸ਼ਤਗਰਦ ਤਾਂ ਖਤਮ ਕਰਤਾ ਪ੍ਰਧਾਨ ਮੰਤਰੀ ਸਾਹਿਬ ਨੇ, ਇਹਨਾਂ ਨੂੰ ਕੀ ਲੱਗਦਾ ਕਿ 370 ਦਾ ਜਿਹੜਾ ਦਾਅਵਾ ਸੀ ਕਿ 370 ਅਸੀਂ ਹਟਾਤੀ, ਦਹਿਸ਼ਤਗਰਦ ਖਤਮ ਹੋ ਗਿਆ, ਸਾਨੂੰ ਤਾਂ ਨਹੀਂ ਦੇਖ ਰਿਹਾ ਕਿਤੇ, ਸ਼ਾਇਦ ਅਸੀਂ ਗਲਤ ਅੱਖਾਂ ਨਾਲ ਦੇਖ ਰਹੇ ਹੋਈਏ, ਸਾਨੂੰ ਨਾ ਦੇਖ ਰਿਹਾ ਹੋਵੇ। ਪਿਛਲੇ ਦਿਨਾਂ ਦੇ ਵਿੱਚ ਜਿੰਨੇ ਹਮਲੇ ਜਦੋਂ ਲੋਕ ਸਭਾ ਚੋਣਾਂ ਸੀ ਆਪਣੀਆਂ, ਕਿਉਂਕਿ ਸਾਰਿਆਂ ਦਾ ਧਿਆਨ ਲੋਕ ਸਭਾ ਚੋਣਾਂ ਸੀ ਤਾਂ ਅਜਿਹੇ ਦੇ ਵਿੱਚ ਉੱਧਰ ਧਿਆਨ ਘੱਟ ਸੀ, ਸਭ ਤੋਂ ਵੱਧ ਅਟੈਕ ਉਸ ਸਮੇਂ ਜੰਮੂ ਕਸ਼ਮੀਰ ਦੇ ਵਿੱਚ ਹੋਏ ਨੇ ਅਤੇ ਕਿੰਨੇ ਲੋਕਾਂ ਦੀਆਂ ਉੱਥੇ ਜਾਨਾਂ ਗਈਆਂ ਨੇ, ਫਿਰ ਉਹਦਾ ਜਸਟੀਫਿਕੇਸ਼ਨ ਕੌਣ ਦਊਗਾ? ਜਾਂ ਤਾਂ ਤੁਸੀਂ ਉਹ ਵੇਖਣਾ ਨਹੀਂ ਚਾਹ ਰਹੇ ਵੀ ਕੀ ਹੋ ਰਿਹਾ, ਹੁਣ ਤੁਸੀਂ ਇਸ ਗੱਲ ਦਾ ਵੀ ਤੋਲ ਫੜ ਲਿਆ। ਹੁਣ ਤੁਹਾਨੂੰ ਪਤਾ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਵੋਟਾਂ ਨੇ, ਹੁਣ ਅਮਿਤ ਸ਼ਾਹ ਸਾਹਿਬ ਅਤੇ ਪ੍ਰਧਾਨ ਮੰਤਰੀ ਇਹ ਵੀ ਰਾਗ ਗਾ ਰਹੇ ਨੇ, ਕਹਿੰਦੇ ਅਸੀਂ ਮੁੜ ਤੋਂ ਸਟੇਟ ਬਣਾ ਦਾਂਗੇ ਜੰਮੂ ਕਸ਼ਮੀਰ ਨੂੰ। ਜੇ ਮੁੜ ਤੋਂ ਸਟੇਟ ਬਣਾਉਣੀ ਸੀ ਫਿਰ ਪਹਿਲਾਂ ਕੀ ਲੋੜ ਪੈ ਗਈ ਸੀ? 370 ਹਟਾ ਕੇ ਘੱਟ ਜਿਹੜੀਆਂ ਕਮਿਊਨਿਟੀਆਂ ਨੇ, ਘੱਟ ਗਿਣਤੀ ਵਾਲੀਆਂ, ਤੁਸੀਂ ਉਹਨਾਂ ਦੇ ਹੱਕ ਖੋਏ, ਫਿਰ ਕੀ ਲੋੜ ਪੈ ਗਈ ਸੀ? ਫਿਰ ਹੁਣ ਉਸੇ 'ਤੇ ਹੀ ਵਾਪਸ ਆ ਰਹੇ ਹੋ ਤੁਸੀਂ? ਇਹਦਾ ਮਤਲਬ ਤੁਸੀਂ ਇਹ ਸੋਚ ਲਿਆ ਸੀ ਵੀ ਜੰਮੂ ਕਸ਼ਮੀਰ 'ਚ ਹਜੇ ਤਾਂ ਇਲੈਕਸ਼ਨ ਹੋ ਨਹੀਂ ਰਹੇ, ਇੱਕ ਵਾਰੀ ਤੋੜ ਦਿੰਦੇ ਹਾਂ, ਜਦੋਂ ਕਿਤੇ ਇਲੈਕਸ਼ਨ ਹੋਏ ਉਦੋਂ ਅਸੀਂ ਕਹਾਂਗੇ ਵੀ ਅਸੀਂ ਦੁਬਾਰਾ ਬਣਾ ਰਹੇ ਹਾਂ ਜੀ, ਪਹਿਲਾਂ ਹਿੰਦੂ ਵੋਟਰ ਖਿੱਚ ਲਾਂਗੇ, ਉਸ ਤੋਂ ਬਾਅਦ ਫਿਰ ਇੱਧਰ ਨਿਬੇੜ ਲਾਂਗੇ, ਇੱਧਰ ਨਿਬੇੜ ਲਾਂਗੇ ਜੀ, ਉਹ ਨਾ ਉਹ ਦੋਵੇਂ ਪੱਖ ਹੀ ਦੇਖ ਕੇ ਚੱਲ ਰਹੇ ਨੇ। ਸੋ ਇਹਨਾਂ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਜਿਵੇਂ ਕਹਿੰਦੇ ਜ਼ਮੀਨ ਆਸਮਾਨ ਦਾ ਫਰਕ ਹੈ, ਜ਼ਮੀਨ ਆਸਮਾਨ ਦਾ ਛੱਡੋ, ਮੈਨੂੰ ਲੱਗਦਾ ਪ੍ਰਧਾਨ ਮੰਤਰੀ ਸਾਹਿਬ ਤਾਂ ਭੁੱਲ ਹੀ ਜਾਂਦੇ ਨੇ ਪਹਿਲਾਂ ਕੀ ਕੀਤਾ, ਉਹਨਾਂ ਤਾਂ ਸ਼ਾਇਦ ਇਹ ਵੀ ਭੁੱਲ ਗਿਆ ਵੀ 370 ਮੈਂ ਹੀ ਤੋੜੀ ਸੀ, ਸਟੇਟ ਦੇ ਹੱਕ ਮੈਂ ਹੀ ਖੋਏ ਸੀ, ਪਰ ਹੁਣ ਕੀ ਕਹਿੰਦੇ ਵੀ ਨਹੀਂ ਜੀ ਅਸੀਂ ਸਟੇਟ ਦੇ ਹੱਕ ਦੇਵਾਂਗੇ। ਸੋ ਦਹਿਸ਼ਤਗਰਦ ਕਿਸੇ ਵੀ ਤਰੀਕੇ, ਤੁਸੀਂ ਕਿਸੇ ਵੀ ਬਾਰਡਰ 'ਤੇ ਲਾ ਲਓ, ਚਾਹੇ ਉਹ ਜੰਮੂ ਕਸ਼ਮੀਰ ਦੀ ਗੱਲ ਲਾ ਲਈਏ, ਚਾਹੇ ਆਪਾਂ ਜਿੰਨੀ ਸਪਲਾਈ ਨਸ਼ੇ ਦੀ ਆ ਰਹੀ ਹੈ, ਚਾਹੇ ਅੰਮ੍ਰਿਤਸਰ ਬਾਰਡਰ ਲਾ ਲਓ, ਚਾਹੇ ਫਿਰੋਜ਼ਪੁਰ ਬਾਰਡਰ ਲਾ ਲਓ, ਤੁਸੀਂ ਜਿਹੜੇ ਮਰਜ਼ੀ ਬਾਰਡਰ 'ਤੇ ਚਲ ਜਾਓ, ਰੋਜ਼ ਕੁਛ ਨਾ ਕੁਛ ਲੱਭਦਾ ਬਲਵਿੰਦਰ ਜੀ ਉੱਥੋਂ।
ਕਦੇ ਡਰੋਨ ਰਾਹੀਂ ਪੈਕਟ ਸਿੱਟਤੇ ਜੀ, ਕਦੇ ਫਲਾਣੀ ਜਗ੍ਹਾ 'ਤੇ ਦਹਿਸ਼ਤਗਰਦੀ ਹਮਲਾ ਹੋ ਗਿਆ ਜੀ, ਸਾਡੇ ਇੰਨੇ ਜਵਾਨ ਸ਼ਹੀਦ ਹੋ ਗਏ, ਸਾਡੇ ਅਮਰਨਾਥ 'ਤੇ ਯਾਤਰਾ ਲਈ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਤੁਸੀਂ ਇਹ ਸੋਚੋ ਵੀ ਕਿੰਨੀ ਸ਼ਰਮਨਾਕ ਗੱਲ ਹੈ, ਬੱਸ ਖਾਈ 'ਚ ਡਿੱਗੀ, ਖਾਈ ਦੇ ਵਿੱਚ ਵੀ ਲਗਾਤਾਰ ਫਾਇਰਿੰਗ ਕਰਦੇ ਰਹੇ ਨੇ ਅੱਤਵਾਦੀ, ਵੀ ਕੋਈ ਬਚ ਨਾ ਜਾਵੇ, ਫਿਰ ਤੁਸੀਂ ਕਿਹੜੀ ਦਹਿਸ਼ਤਗਰਦੀ ਦੀ ਗੱਲ ਕਰਦੇ ਵੀ ਅਸੀਂ ਖਤਮ ਕਰਤੀ ਹੈ। ਸੋ ਝੂਠ ਤਾਂ ਐਟਲੀਸਟ ਇੰਨੇ ਵੱਡੇ ਪੱਧਰ ਦੇ ਉੱਪਰ ਝੂਠ ਨਾ ਪਰੋ ਕਿ ਪਤਾ ਹੀ ਲੱਗਣ ਲੱਗ ਜਾਈ ਪ੍ਰਧਾਨ ਮੰਤਰੀ ਸਾਹਿਬ, ਹੁਣ ਇਦੋਂ ਉੱਤੇ ਅਗਲਾ ਵੀ ਝੂਠ ਕੋਈ ਹੈ ਲੰਘ ਕੇ? ਮੈਨੂੰ ਲੱਗਦਾ ਇਹਨਾਂ ਨੇ ਝੂਠ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹੋਈਆਂ ਨੇ ਜੀ। ਜੀ, ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜਲੰਧਰ ਦੇ ਵਿੱਚ ਆਈਸ ਫੈਕਟਰੀ ਦੇ ਵਿੱਚ ਸਿੱਧੂ ਸਾਹਿਬ ਗੈਸ ਲੀਕ ਹੋ ਗਈ। ਇਹ ਪਹਿਲਾ ਮਾਮਲਾ ਨਹੀਂ ਹੈ, ਪਹਿਲਾਂ ਵੀ ਹੋਈ ਹੈ। ਗੱਲ ਕੀ ਹੁੰਦੀ ਹੈ, ਪ੍ਰਸ਼ਾਸਨ ਜਾਂਦਾ ਦੇਖਦਾ ਕੀ ਹੋਇਆ, ਉਹ ਤੋਂ ਬਾਅਦ ਕਹੇ ਜਾਂਦਾ ਜਾਂਚ ਚੱਲ ਰਹੀ ਹੈ, ਜਾਂਚ ਹੁੰਦੀ ਹੈ, ਖਤਮ ਹੋ ਜਾਂਦੀ ਹੈ, ਫਿਰ ਵਿਹਲੇ ਹੋ ਜਾਂਦੇ ਨੇ, ਮੁੜ ਕੇ ਕੋਈ ਗੱਲ ਨਹੀਂ ਆਉਂਦੀ ਵੀ ਕਿਉਂ ਹੋਇਆ ਸੀ, ਕੀ ਕਾਰਨ ਸੀ, ਕੀ ਕਰਨਾ ਸੀ। ਇਹ ਮੁੜ ਤੋਂ ਜਿਹੜਾ ਵਾਪਰਿਆ ਇਹ ਘਟਨਾ ਬੜੀ ਮੰਦਭਾਗੀ ਹੈ, ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ, ਅਜਿਹੀ ਘਟਨਾਵਾਂ ਕਿਤੇ ਨਾ ਕਿਤੇ ਵੱਡਾ ਰੂਪ ਧਾਰਨ ਕਰ ਸਕਦੀਆਂ ਨੇ। ਜੀ ਬਿਲਕੁਲ। ਸੋ ਜਲੰਧਰ ਦੇ ਡੋਮਰੀਆ ਪੁਲ ਦੇ ਨੇੜੇ ਇੱਕ ਆਈਸ ਫੈਕਟਰੀ ਸੀ ਜਿਹਦੇ ਵਿੱਚ ਇਹ ਗੈਸ ਹੈ ਲੀਕ ਕੀਤੀ ਹੈ। ਸੋ ਪਤਾ ਤੁਹਾਨੂੰ ਦੱਸ ਦਈਏ ਕਿ ਜਿਹੜੀ ਆਈਸ ਫੈਕਟਰੀ ਦੇ ਵਿੱਚ ਗੈਸ ਹੁੰਦੀ ਹੈ ਉਹ ਬਹੁਤ ਖਤਰਨਾਕ ਹੈ, ਨਾ ਇਕੱਲੇ ਜਾਨਵਰਾਂ ਲਈ ਬਲਕਿ ਇਨਸਾਨਾਂ ਦੇ ਲਈ ਵੀ। ਤੁਹਾਡੀਆਂ ਅੱਖਾਂ 'ਤੇ ਬੜਾ ਮਾੜਾ ਪ੍ਰਭਾਵ ਪਾਉਂਦੀ ਹੈ ਉਹ, ਜੇਕਰ ਤੁਹਾਡੀਆਂ ਅੱਖਾਂ ਨੂੰ ਚੜ੍ਹ ਜਾਂਦੀ ਹੈ ਤਾਂ ਤੁਸੀਂ ਅਗਲੇ 2-3 ਦਿਨਾਂ ਤੱਕ ਬਹੁਤ ਜ਼ਿਆਦਾ ਸਮੱਸਿਆ ਜਿਹੜੀ ਤੁਹਾਨੂੰ ਆਉਂਦੀ ਹੈ ਪ੍ਰੋਬਲਮ ਦਾ ਸਾਹਮਣਾ ਕਰਦੇ ਹੋ। ਸੋ ਅਜਿਹੇ ਦੇ ਵਿੱਚ ਚਲੋ ਇਹ ਵੀ ਕਹਿਤਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਇਹ ਚਲੋ ਵਧੀਆ ਗੱਲ ਹੈ, ਪਰ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਚਿਰ ਇਹਦਾ ਪ੍ਰਭਾਵ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਸਾਰਾ ਏਰੀਆ ਸੀਲ ਕਰ ਦਿੱਤਾ ਗਿਆ। ਹੁਣ ਵੱਡਾ ਸਵਾਲ ਇਹ ਹੈ ਵੀ ਤੁਸੀਂ ਇਸ ਗੱਲ ਦੀ ਸ਼ਿਉਰਟੀ ਦੇ ਸਕਦੇ ਹੋ ਉਹਦਾ ਅਸਰ ਖਤਮ ਹੋ ਜਾਏਗਾ? ਜਿਹੜੇ ਆਸੇ ਪਾਸੇ ਘਰ ਨੇ ਜੀ, ਜਿਹੜੇ ਕਿੰਨੇ ਵੀ ਏਰੀਏ ਦੇ ਵਿੱਚ ਲੱਗਦੇ ਨੇ, ਕੀ ਉਹਨਾਂ ਨੂੰ ਕੋਈ ਇਫੈਕਟ ਨਹੀਂ ਹੋਇਆ ਹੋਏਗਾ? ਪਰ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ? ਕਿਉਂਕਿ ਇਹ ਫੈਕਟਰੀ ਕਿਸੇ ਆਮ ਬੰਦੇ ਦੀ ਥੋੜ੍ਹੀ ਹੋਏਗੀ, ਫੈਕਟਰੀ ਕਦੇ ਵੀ ਆਮ ਇਨਸਾਨ ਦੀ ਹੁੰਦੀ ਹੀ ਨਹੀਂ। ਫੈਕਟਰੀ ਜਾਂ ਤਾਂ ਕਿਸੇ ਵੱਡੇ ਅਧਿਕਾਰੀ ਦੀ ਹੁੰਦੀ ਹੈ ਜਾਂ ਕਿਸੇ ਵੱਡੇ ਲੀਡਰ ਦੀ ਹੁੰਦੀ ਹੈ, ਤਾਂ ਉਹ ਸਿਰਫ 2-4 ਦਿਨ ਦਾ ਰੌਲਾ ਰੱਪਾ ਜਿਹੜਾ ਉਹ ਪੈਂਦਾ, ਇਹ 'ਤੇ ਵੀ 2-4 ਦਿਨ ਦਾ ਰੌਲਾ ਰੱਪਾ ਪੈਣਾ। ਪਰ ਮੈਨੂੰ ਐਂ ਲੱਗਦਾ ਕਿ ਲੁਧਿਆਣਾ ਦੇ ਲੋਕ ਪੂਰੇ ਪੰਜਾਬ 'ਚੋਂ ਇਸ ਸਮੇਂ ਸਭ ਤੋਂ ਵੱਧ ਫੇਸ ਹੈ ਜਿਹੜਾ ਕਰ ਰਹੇ ਨੇ। ਕਿਉਂ ਬਿੱਟੂ ਜੀ? ਕਿਉਂਕਿ ਸਭ ਤੋਂ ਜ਼ਿਆਦਾ ਫੈਕਟਰੀਆਂ ਲੁਧਿਆਣੇ ਦੇ ਵਿੱਚ, ਅਤੇ ਸਭ ਤੋਂ ਜ਼ਿਆਦਾ ਨੁਕਸਾਨ ਕਿਹਦਾ? ਲੁਧਿਆਣੇ ਦੇ ਲੋਕਾਂ ਦਾ। ਹੁਣ ਪਿੱਛੇ ਦੇਖ ਲਓ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਹੋਇਆ, 10,000 ਕਰੋੜ ਦਾ ਜੇ ਜੁਰਮਾਨਾ ਲੱਗਿਆ, ਇਹਦਾ ਮਤਲਬ ਇਹ ਹੈ ਕਿ ਉੱਥੇ ਪ੍ਰੋਬਲਮ ਹੈ। ਉੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਸਖ਼ਤ ਹੈ, ਉੱਥੇ ਸੁਪਰੀਮ ਕੋਰਟ ਵੀ ਸਖ਼ਤ ਹੈ, ਉੱਥੇ ਬੁੱਢੇ ਨਾਲੇ ਦੀ ਵੀ ਪ੍ਰੋਬਲਮ ਹੈ, ਉੱਥੇ ਗੈਸਾਂ ਵੀ ਲੀਕ ਹੋ ਰਹੀਆਂ, ਇਹਦਾ ਮਤਲਬ ਲੁਧਿਆਣਾ ਤਾਂ ਰਹਿਣ ਯੋਗ ਹੀ ਨਹੀਂ ਹੈ। ਫਿਰ ਅਸੀਂ ਇਹ ਨਹੀਂ ਕਹਿੰਦੇ ਫੈਕਟਰੀ ਨਾ ਲਾਓ, ਫੈਕਟਰੀ ਦੀ ਕੋਈ ਵਿਉਤਬੰਦੀ ਹੋਣੀ ਚਾਹੀਦੀ ਹੈ। ਪਤਾ ਹੋਣਾ ਚਾਹੀਦਾ ਕਿ ਰੈਜੀਡੈਂਸ਼ੀਅਲ ਏਰੀਏ ਤੋਂ ਕਿੰਨੀ ਦੂਰ ਫੈਕਟਰੀ ਹੋਵੇ, ਤੁਸੀਂ ਇੰਡਸਟਰੀਅਲ ਏਰੀਏ ਅੱਡ ਰੱਖੋ। ਸਿੱਧੂ ਸਾਹਿਬ, ਇਹ ਵੀ ਇਹਨਾਂ 'ਚ ਕੋਈ ਫੈਕਟਰੀ ਖੁੱਲਦੀ ਹੈ ਪਹਿਲਾਂ ਜ਼ੋਰ ਦਿੱਤਾ ਜਾਂਦਾ, ਪਰ ਉੱਥੇ ਫਾਇਰ ਬ੍ਰਿਗੇਡ ਦੀ ਘਟਨਾ ਵਾਪਰ ਜੇ, ਕੋਈ ਸਿਲੰਡਰ ਨਹੀਂ ਹੁੰਦਾ ਉੱਥੇ, ਇਹ ਜਾ ਕੇ ਕੋਈ ਚੈਕਿੰਗ ਨਹੀਂ ਕਰਦੇ ਜੀ, ਭਾਈ ਪਾਣੀ ਦੀ ਬਾਲਟੀ, ਰੇਤੀ ਦੀ ਬਾਲਟੀਆਂ ਭਰੀਆਂ ਹੋਈਆਂ, ਜੇ ਕੋਈ ਘਟਨਾ ਵਾਪਰਦੀ ਹੈ ਤਾਂ ਕਿਵੇਂ ਹੱਲ ਹੋਏਗਾ? ਬਸ NOC ਦੇ ਕੇ ਅੰਦਰਲੇ ਖਾਤੇ ਸਭ ਸੈਟਿੰਗ ਹੋ ਜਾਂਦੀ ਹੈ ਜੀ, ਕਿਉਂਕਿ NOC ਪਤਾ ਹੈ ਫਿਰ ਲੀਡਰ ਨੇ ਆਪ ਹੀ ਤਾਂ NOC ਲੈਣੀ ਹੈ, ਵੱਡੇ ਅਧਿਕਾਰੀਆਂ ਨੇ ਉਹ ਲੈ ਲੈਂਦੇ ਅੰਦਰ ਖਾਤੇ। ਕੋਈ ਅਸੀਂ ਇਹ ਨਹੀਂ ਕਹਿ ਰਹੇ ਸਾਨੂੰ ਨਹੀਂ ਪਤਾ ਇਹ ਫੈਕਟਰੀ ਕਿਹਦੀ ਹੈ ਕਿਹਦੀ ਨਹੀਂ, ਪਰ ਦਰਅਸਲ ਜੋ ਫੈਕਟਰੀਆਂ ਦੇ ਪਿੱਛੇ 95% ਹੁੰਦਾ ਉਹ ਇਹੀ ਹੁੰਦਾ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੀ। ਸੋ ਉਮੀਦ ਨਾ ਰੱਖਿਓ ਕਿ ਇਹ ਤੁਹਾਨੂੰ ਲੱਗਦਾ ਹੈ ਕਿ ਇਹ 'ਤੇ ਜਾਂਚ ਹੋ ਜਾਏਗੀ ਜਾਂ ਕੁਛ ਮਿਲ ਜਾਏਗਾ, ਉਮੀਦ ਨਹੀਂ ਹੈ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ, ਕੇਂਦਰ ਸਰਕਾਰ ਵੱਲੋਂ ਫੰਡ ਰੋਕੇ ਗਏ ਨੇ ਜੀ ਪੰਜਾਬ ਸਰਕਾਰ ਦੇ, ਅਤੇ ਉੱਥੇ ਆਯੁਸ਼ਮਾਨ ਦੇ ਜਿਹੜੇ ਕਾਰਡ ਨੇ ਉਹ ਪ੍ਰਾਈਵੇਟ ਹਸਪਤਾਲਾਂ ਨੇ ਕਹਿਤਾ ਵੀ ਅਸੀਂ ਭਾਈ ਨਹੀਂ ਕਰਾਂਗੇ ਕਿਉਂਕਿ 600 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਸਾਡਾ ਨਹੀਂ ਦਿੱਤਾ। ਹਾਲਾਂਕਿ ਕੇਂਦਰ ਨੇ ਕਿਹਾ ਵੀ ਇਹ ਸਕੀਮ ਦੁਆਰਾ ਸ਼ੁਰੂ ਕੀਤੀ ਜਾਵੇ ਤਾਂ ਤੁਸੀਂ ਪੈਸੇ ਭਰੋ ਜੀ। ਜੀ ਦੇਖੋ, ਪੰਜਾਬ ਸਰਕਾਰ ਨੂੰ ਜਿਹੜਾ ਪੈਸੇ ਮਿਲਣ ਵਾਲਾ ਰੌਲਾ ਹੈ ਇਹ ਅੱਜ ਦਾ ਤਾਂ ਹੈ ਨਹੀਂ। ਪਹਿਲਾਂ ਕਾਂਗਰਸ ਸੱਤਾ ਸੀ ਉਦੋਂ ਵੀ ਨਹੀਂ ਸੀ ਵਾਲੇ ਪੈਸੇ ਮਿਲੇ, ਹੁਣ ਆਮ ਆਦਮੀ ਪਾਰਟੀ ਵੀ ਤਾਂ ਜਮਾਂ ਹੀ ਨਹੀਂ ਮਿਲੇ। ਕਾਂਗਰਸ ਨੇ ਤਾਂ ਸ਼ਾਇਦ ਥੋੜ੍ਹੇ ਬਹੁਤ ਲੈ ਲਏ ਸੀ,
ਇਹਨਾਂ ਨੂੰ ਤਾਂ ਕੁਛ ਵੀ ਨਹੀਂ ਮਿਲਿਆ। ਸੋ ਤੁਸੀਂ ਇਹ ਲਾ ਲਓ ਵੀ ਪਿਛਲੇ ਲਗਭਗ 7.5 ਸਾਲ ਤੋਂ ਪੰਜਾਬ ਨੂੰ ਕੁਛ ਨਹੀਂ ਮਿਲਿਆ, ਸਿਰਫ ਔਰ ਸਿਰਫ ਜਦੋਂ ਪਹਿਲਾਂ ਇਸ ਤੋਂ ਪਹਿਲਾਂ ਅਕਾਲੀਆਂ ਨੇ ਭਾਈਵਾਲੀ 'ਚ ਸੀ, ਉਹਨਾਂ ਨੇ ਥੋੜ੍ਹੇ ਬਹੁਤ ਲੈ ਲਏ ਹੋਣਗੇ, ਪਰ ਸਭ ਤੋਂ ਜ਼ਿਆਦਾ ਪੈਸਾ ਦੇ ਕੇ ਗਏ ਨੇ ਇੱਥੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ। ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਤਾਂ ਐਂ ਲੱਗਦਾ ਵੀ ਉਹਨਾਂ ਨੇ ਨਾ ਮੂੰਹ ਹੀ ਪੰਜਾਬ ਤੋਂ ਦੂਜੇ ਪਾਸੇ ਨੂੰ ਕੀਤਾ ਹੋਇਆ ਵੀ ਮੈਂ ਪੰਜਾਬ ਵੱਲ ਵੇਖਣਾ ਵੀ ਨਹੀਂ, ਜੇ ਕਿਤੇ ਗਲਤੀ ਨਾਲ ਵੇਖ ਲਿਆ ਕੁਛ ਮੰਗ ਹੀ ਨਾ ਲੈਣ, ਉਹ ਹਾਲ ਹੈ। ਆਉਂਦੇ ਤਾਂ ਉਹ ਹੈ ਨਹੀਂ ਇੱਥੇ, ਇੱਕ ਦੋ ਵਾਰੀ ਆਏ ਹੈ, ਉਹਨਾਂ ਨੂੰ ਲੱਗਿਆ ਵੀ ਮੇਰੇ ਨਾਲ ਤਾਂ ਜੀ ਮੇਰੀ ਤਾਂ ਸਿਕਿਉਰਿਟੀ ਨਹੀਂ, ਸੁਰੱਖਿਆ ਨਹੀਂ, ਮੈਂ ਤਾਂ ਉਹਨਾਂ ਨੂੰ ਇੱਕ ਬਹਾਨਾ ਮਿਲ ਗਿਆ, ਉਹਨਾਂ ਨੇ ਪੰਜਾਬ 'ਚ ਆਉਣਾ ਡਿਨਾਈ ਕਰਤਾ। ਸੋ 800 ਕਰੋੜ ਰੁਪਇਆ ਤਾਂ ਫਿਲਹਾਲ ਹੈਲਥ ਡਿਪਾਰਟਮੈਂਟ ਦਾ ਹੀ ਪੈਂਡਿੰਗ ਹੈ ਸੈਂਟਰ ਵੱਲ, ਉੱਪਰੋਂ ਜਿਹੜੇ GST ਵਗੈਰਾ ਦੇ ਪੈਸੇ ਨੇ ਉਹ ਅੱਡ ਪੈਂਡਿੰਗ ਨੇ, RDF ਦਾ ਸਾਡਾ ਫੰਡ ਰਹਿੰਦਾ। ਕਿਉਂ ਦੁਸ਼ਮਣੀ ਕੱਢ ਰਹੇ ਹੋ ਪੰਜਾਬ ਨਾਲ? ਪੰਜਾਬ ਨੇ ਇਹ ਜਿਹਾ ਤੁਹਾਡੇ ਨਾਲ ਕੀ ਕਰਤਾ? ਸਿਰਫ ਇਹ ਕਰਤਾ ਵੀ ਸੱਤਾ ਬਦਲਤੀ, ਜਿਹੜੇ ਤੁਹਾਡੇ ਭਾਈਵਾਲੀ ਸੀ ਅਕਾਲੀ ਉਹਨਾਂ ਨੂੰ ਹਟਾ ਕੇ ਅਤੇ ਹੋਰਾਂ ਸਰਕਾਰਾਂ ਨੂੰ ਮੌਕਾ ਦੇਤਾ, ਆਹੀ ਗਲਤੀ ਹੋਈ ਹੈ ਪੰਜਾਬ ਤੋਂ? ਪਰ ਸਿੱਧੂ ਇਸ ਮੁੱਦੇ ਦੇ ਉੱਤੇ ਇਕਜੁੱਟ ਹੋਣ ਦੀ ਲੋੜ ਹੈ। ਜਿਹੜੇ ਭਾਜਪਾ ਲੀਡਰ ਨੇ ਸੁਨੀਲ ਜਾਖੜ ਨਵੇਂ ਨਵੇਂ ਗਏ ਨੇ, ਜੇ ਉਹ ਚਾਹੁੰਦੇ ਨੇ ਸੱਤਾ ਦੇ ਵਿੱਚ ਮੈਂ ਕਾਬਜ ਹੋਵਾਂ ਤਾਂ ਉਹਨਾਂ ਨੂੰ ਕੇਂਦਰ ਤੋਂ ਕੋਈ ਵੱਡਾ ਪੈਕ ਦਵਾਉਣਾ ਪੈਣਾ। ਇਹ ਗੱਲਾਂ ਬਣ ਕੇ ਰਹਿ ਜਾਂਦੇ ਨੇ ਚੋਣਾਂ ਦੇ ਦੌਰਾਨ ਵੀ ਹੁਣ ਚੋਣਾਂ ਆ ਗਈਆਂ ਜੀ, ਕੇਂਦਰ ਕੋਈ ਵੱਡੀ ਚੀਜ਼ ਦੇਗੀ ਕਿਉਂਕਿ ਭਾਜਪਾ ਜਿੱਤੇ ਗਿਆ ਹੈਗਾ, ਉਹ ਕੁਝ ਵੀ ਨਹੀਂ ਹੁੰਦਾ, ਕੁਝ ਵੀ ਨਹੀਂ। ਮੈਨੂੰ ਲੱਗਦਾ ਵੀ ਕਿਸੇ ਭਾਜਪਾ ਲੀਡਰ ਦੀ ਸੁਣਦੀ ਨਹੀਂ ਹੈਗੀ ਜੀ, ਪੰਜਾਬ ਦੇ ਕਿਸੇ ਭਾਜਪਾ ਲੀਡਰ ਸੁਣਦੀ ਨਹੀਂ ਹੈਗੀ ਕੇਂਦਰ ਸਰਕਾਰ ਨਹੀਂ। ਉਹ ਕਹੇ ਵੀ ਮਾਨ ਸਰਕਾਰ ਨੂੰ ਪੈਸੇ ਦਿਓ, ਗੱਲ ਉਹ ਨਹੀਂ ਹੈਗੀ, ਗੱਲ ਤਾਂ ਕ੍ਰੈਡਿਟ ਦੀ ਵੀ, ਕ੍ਰੈਡਿਟ ਕੋਲ ਲੈ ਕਹਿੰਦੇ ਤੇ ਕੌਣ ਅੱਗੇ ਝੋਲੀ 'ਚ ਪਾਉਂਦਾ ਵੱਡਾ ਜੀ? ਦੇਖੋ ਸੁਨੀਲ ਜਾਖੜ ਇੱਕ ਵੱਡੇ ਲੀਡਰ ਨੇ, ਸੁਨੀਲ ਜਾਖੜ ਉਹਨਾਂ ਨੂੰ ਸਭ ਪਤਾ ਵੀ ਪੰਜਾਬ ਨੂੰ ਕੀ ਚਾਹੀਦਾ ਕੀ ਨਹੀਂ, ਕਿਉਂਕਿ ਹੰਢੇ ਹੋਏ ਲੀਡਰ ਨੇ, ਪਹਿਲਾਂ ਕਾਂਗਰਸ 'ਚ ਰਹਿ ਚੁੱਕੇ ਨੇ, ਉਹਨਾਂ ਨੂੰ ਸਭ ਪਤਾ। ਦੂਜੇ ਪਾਸੇ ਗੱਲ ਕਰੀਏ ਤਾਂ ਮਨਪ੍ਰੀਤ ਬਾਦਲ ਸਾਹਿਬ, ਉਹ ਤਾਂ ਖਜ਼ਾਨਾ ਮੰਤਰੀ ਰਹੇ ਨੇ, ਰਾਣਾ ਸੋਢੀ ਹੋ ਗਏ ਜੋ ਮੰਤਰੀ ਰਹੇ ਨੇ, ਜਿਹਨਾਂ ਉਹਨਾਂ ਨੂੰ ਕੀ ਨਹੀਂ ਪਤਾ ਪੰਜਾਬ ਬਾਰੇ? ਸਭ ਪਤਾ ਅਮਰਿੰਦਰ ਸਿੰਘ ਸਾਬਕਾ ਸੀਐਮ ਰਹੇ ਨੇ, ਦੇਖ ਹੀ ਨਹੀਂ ਰਹੇ, ਉਹ ਤਾਂ ਦੇਖ ਹੀ ਨਹੀਂ ਰਹੇ, ਪਰਿਵਾਰ ਨੂੰ ਬਚਾਉਣ ਪਿੱਛੇ ਦੇਖੋ ਖਤਮ ਹੀ ਹੋ ਗਏ ਜੀ। ਜੀ ਬਿਲਕੁਲ, ਪੈਕ ਦਵਾਇਆ ਹੁੰਦਾ ਤਾਂ ਅਜੇ ਦਿਨ ਨਾ ਆਉਂਦਾ, ਨਾ ਆਉਂਦੇ ਸੀ। ਮਨਪ੍ਰੀਤ ਬਾਦਲ ਹੋਣੀ ਹੈ ਜਿਹੜੇ ਕਿ ਅਫਵਾਹਾਂ ਤਾਂ ਇਹ ਵੀ ਚਰਚਾਵਾਂ ਨੇ ਵੀ ਉਹ ਗਿੱਦੜਬਾਹ ਤੋਂ ਚੋਣ ਲੜਨਗੇ, ਪਰ ਜਿਹੜੇ ਹਾਲਾਤਾਂ ਦੇ ਨਾਲ ਹੁਣ ਤੁਸੀਂ ਪੰਜਾਬ ਵੱਲ ਵੇਖ ਹੀ ਨਹੀਂ ਰਹੇ, ਐਂ ਤਾਂ ਨਹੀਂ ਚੋਣ ਲੜੀ ਜਾਣੀ ਫਿਰ, ਐਂ ਤਾਂ ਔਖਾ, ਠੀਕ ਹੈ। ਸੋ ਇਹਨਾਂ ਨੂੰ ਸਭ ਨੂੰ ਪਤਾ ਕੀ ਕਰਨਾ, ਬਸ ਇਹ ਵੀ ਸਾਰਿਆਂ ਨੂੰ ਕੋਈ ਫਿਕਰ ਨਹੀਂ ਹੈ, ਉਹ ਕਹਿੰਦੇ ਜਦੋਂ ਚੋਣਾਂ ਆਉਣਗੀਆਂ ਉਦੋਂ ਵੇਖਾਂਗੇ ਕੀ ਹੋਊਗਾ। ਫਿਲਹਾਲ ਜਿਮ ਨਹੀਂ ਆਉਣਗੀਆਂ, ਉਦੋਂ ਬਾਅਦ 2.5 ਸਾਲ ਬਾਅਦ ਦੁਬਾਰਾ ਆਉਣਗੀਆਂ, ਪਤਾ ਨਹੀਂ ਉਹ ਵੀ ਹੋਣੀ ਹੈ ਕਿ ਨਾ ਇੱਕ ਦੇਸ਼ ਇੱਕ ਚੋਣ ਦੇ, ਹਜੇ ਪਤਾ ਨਹੀਂ, ਕਹਿੰਦੇ ਉਦੋਂ ਦੇਖਾਂਗੇ, ਫਿਲਹਾਲ ਤੁਸੀਂ ਆਪਦੀ ਐਸ਼ ਕਰੋ। ਜੇ ਦੂਜੇ ਪਾਸੇ ਗੱਲ ਕਰਦੇ ਹਾਂ ਹਰਿਆਣੇ ਦੇ ਵਿੱਚ, ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਨੇ, ਉੱਤੇ ਹੀ ਹਰਿਆਣੇ ਦੇ ਵਿੱਚ ਭਾਜਪਾ ਦੇ ਸਾਬਕਾ ਮੰਤਰੀ ਨੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ। ਇਹ ਦਲ ਬਦਲੂਆਂ ਦਾ ਦੌਰ ਰਹੇਗਾ ਜਦ ਤੱਕ ਚੋਣਾਂ ਖਤਮ ਨਹੀਂ ਹੁੰਦੀਆਂ ਜੀ। ਜੀ ਦੇਖੋ ਬਲਵਿੰਦਰ ਜੀ, ਫਿਲਹਾਲ ਕਾਂਗਰਸ ਦੀ ਸਥਿਤੀ ਹੈ ਜਿਹੜੀ ਉਹ ਬਹੁਤ ਸਟਰੋਂਗ ਹੈ ਹਰਿਆਣਾ ਦੇ ਵਿੱਚ, ਬਿਨਾਂ ਸ਼ੱਕ ਜੀ, ਕਿਉਂਕਿ ਭਾਜਪਾ ਨੇ 10 ਸਾਲ ਰਾਜ ਕੀਤਾ ਅਤੇ ਲੋਕ ਅੱਕੇ ਪਏ ਨੇ, ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਨਹੀਂ ਕਰ ਰਹੇ, ਤਾਂ ਇੱਕੋ ਇੱਕ ਪਾਰਟੀ ਜਿਹੜੀ ਬਚਦੀ ਹੈ ਸਟਰੋਂਗ, ਪਾਰਟੀਆਂ ਹੋਰ ਵੀ ਨੇ, ਉਹ ਹੈ ਕਾਂਗਰਸ। ਅਜਿਹੇ ਦੇ ਵਿੱਚ ਸਭ ਇਹ ਦੇਖ ਰਹੇ ਨੇ ਵੀ ਜੇ ਅਸੀਂ ਹੁਣ ਪਲਟੀ ਮਾਰਦੇ ਹਾਂ, ਕਿਉਂਕਿ ਕਾਂਗਰਸ ਦਾ ਆਉਣਾ ਲਗਭਗ ਤੈਅ ਹੈ, ਉਹ ਕਹਿੰਦੇ ਜੇ ਅਸੀਂ ਹੁਣ ਪਲਟੀ ਮਾਰਦੇ ਹਾਂ ਤਾਂ 5 ਸਾਲ ਸਾਡੇ ਨੇ। ਸੋ ਹਾਲੇ ਤਾਂ ਜਮ੍ਹਾਂ ਚੋਣਾਂ ਤੋਂ 2 ਦਿਨ ਪਹਿਲਾਂ ਤੱਕ ਵੀ ਪਲਟੀਆਂ ਵੱਜਣਗੀਆਂ, ਕਿਉਂਕਿ ਉਹਨਾਂ ਨੇ ਸਥਿਤੀ ਦੇਖ ਰਹੇ ਨੇ। ਸੋ ਇਹ ਇਕੱਲਾ ਪੰਜਾਬ 'ਚ ਨਹੀਂ ਹੁੰਦਾ, ਇਹ ਹਰਿਆਣਾ 'ਚ ਵੀ ਉਹੀ ਵਰਤਾਰਾ ਵਾਪਰ ਰਿਹਾ ਜਿਹੜਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਵਾਪਰ ਰਿਹਾ ਸੀ। ਅਤੇ ਇਹ ਵੀ ਤੈਅ ਹੈ ਵੀ ਜਦੋਂ 5 ਸਾਲ ਕਾਂਗਰਸ ਨੂੰ ਪੂਰੇ ਹੋਣ ਵਾਲੇ ਹੋ ਜਾਣਗੇ, ਉਦੋਂ ਪਤਾ ਲੱਗੂਗਾ ਵੀ ਅੱਗੇ ਕੀ ਸਥਿਤੀ ਹੈ। ਜੇ ਤਾਂ ਕਾਂਗਰਸ ਦੀ ਸਟਰੋਂਗ ਹੋਈ ਠੀਕ ਹੈ, ਨਹੀਂ ਤਾਂ ਪੁੱਠੇ ਵੀ ਭੱਜਣਗੇ ਇਹ, ਫਿਰ ਇਹਨਾਂ ਦਾ ਬੈਕ ਗੇਅਰ ਵੀ ਬਹੁਤ ਛੇਤੀ ਲੱਗਦਾ। ਸਿੱਧੂ ਸਾਹਿਬ ਅੱਜ ਜਿੱਥੇ ਆਮ ਆਦਮੀ ਪਾਰਟੀ ਉੱਥੇ ਚੋਣਾਂ ਲੜ ਰਹੀ ਹੈ ਵਿਧਾਨ ਸਭਾ ਦੇ, ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਨੇ ਹਰਿਆਣੇ 'ਚ, ਜਿੱਥੇ ਅੱਜ ਉਹਨਾਂ ਵੱਲੋਂ ਕਿਹਾ ਗਿਆ ਹੈ ਵੀ ਜਿਹੜੀ ਮਰਜ਼ੀ ਸਰਕਾਰ ਆਵੇ ਪਰ ਉਹ ਆਮ ਆਦਮੀ ਪਾਰਟੀ ਤੋਂ ਬਿਨਾਂ ਨਹੀਂ ਬਣ ਸਕਦੀ। ਕਹਿੰਦੇ ਅਰਵਿੰਦ ਕੇਜਰੀਵਾਲ ਕਿੰਗ ਮੇਕਰ ਦਾ ਰੋਲ ਅਦਾ ਕਰਨਗੇ। ਇਹਦਾ ਮਤਲਬ ਇਹ ਤਾਂ ਮੰਨ ਗਏ ਵੀ ਉਹਨਾਂ ਦੀ ਸਰਕਾਰ ਨਹੀਂ ਆ ਰਹੀ ਸਿੱਧੇ ਤਰੀਕੇ ਨਾਲ,
ਇਹ ਤਾਂ ਉਹਨਾਂ ਨੂੰ ਵੀ ਕਲੀਅਰ ਹੋ ਗਿਆ ਵੀ ਸਾਡੀਆਂ ਇੰਨੀਆਂ ਸੀਟਾਂ ਨਹੀਂ ਆਉਣੀਆਂ ਵੀ ਅਸੀਂ ਅਗਲੇ ਨੂੰ ਕਹੀਏ ਵੀ ਸਾਡੇ ਨਾਲ ਭਾਈਵਾਲੀ ਦੀ ਸਰਕਾਰ ਬਣਾਓ। ਇਹਦਾ ਮਤਲਬ ਤੁਸੀਂ ਹੀ ਕਿਸੇ ਨਾਲ ਭਾਈਵਾਲੀ ਕਰਕੇ ਸਰਕਾਰ ਬਣਾਉਣੀ ਹੈ। ਦੇਖੋ ਇਹ ਤਾਂ ਸਮਾਂ ਤੈਅ ਕਰੇਗਾ ਕਿ ਵੋਟਾਂ ਕਿਹਨੂੰ ਕਿੰਨੀਆਂ ਪੈ ਰਹੀਆਂ ਨੇ। ਤੁਸੀਂ ਅਜੇ ਭਗਵੰਤ ਮਾਨ ਸਾਹਿਬ ਤਾਂ ਇੱਥੇ ਵੀ 13-0 ਕਹਿੰਦੇ ਸੀ, ਉੱਥੇ ਵੀ 3 ਰਹਿ ਗਿਆ। ਸੋ ਦੂਜੀ ਜਦੋਂ ਤੁਹਾਨੂੰ ਆਪਣੀ ਸਟੇਟ ਦਾ ਨਹੀਂ ਪਤਾ ਤੁਸੀਂ ਦੂਜੀ ਸਟੇਟ ਦੇ ਵਿੱਚ ਜਾ ਕੇ ਕਲੇਮ ਨਹੀਂ ਕਰ ਸਕਦੇ। ਇਹ ਤਾਂ ਹੁਣ ਸਮਾਂ ਦੱਸੇਗਾ ਵੀ ਉਹਨਾਂ 90 ਸੀਟਾਂ ਦੇ ਵਿੱਚੋਂ ਤੁਹਾਨੂੰ 2 ਮਿਲਦੀਆਂ, 4 ਮਿਲਦੀਆਂ, 10 ਮਿਲਦੀਆਂ। ਹੋ ਸਕਦਾ ਤੁਸੀਂ ਜ਼ਿਆਦਾ ਵੀ ਲੈ ਜਾਓ, ਅਸੀਂ ਡਿਨਾਈ ਨਹੀਂ ਕਰਦੇ, ਪਰ ਵਹਿਮ 'ਚ ਨਹੀਂ ਰਹਿਣਾ ਚਾਹੀਦਾ, ਇਹ ਸਭ ਤੋਂ ਵੱਡੀ ਗੱਲ ਹੈ ਜੀ। ਸੋ ਦੂਜੇ ਪਾਸੇ ਹਵਾਈ ਸੈਨਾ ਦੇ ਨਵੇਂ ਮੁਖੀ ਬਣ ਗਏ ਜੀ ਅਮਰਪ੍ਰੀਤ ਸਿੰਘ ਗਿੱਲ ਜੀ। ਜੀ ਸੋ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਜਿਹੜੇ ਨੇ ਉਹ ਨਵੇਂ ਮੁਖੀ ਬਣਨ ਜਾ ਰਹੇ ਨੇ, ਹਵਾਈ ਸੈਨਾ ਦੇ ਅਗਲੇ ਮੁਖੀ ਨਿਯੁਕਤ ਉਹਨਾਂ ਨੂੰ ਕੀਤਾ ਜਾਏਗਾ। ਸੋ 30 ਸਪਤੰਬਰ ਨੂੰ ਆਪਣਾ ਅਹੁਦਾ ਸੰਭਾਲਣਗੇ। ਸੋ ਤੁਹਾਨੂੰ ਦੱਸ ਦਈਏ ਕਿ ਅਮਰਪ੍ਰੀਤ ਸਿੰਘ ਇੱਕ ਸਰਦਾਰ ਨੇ, ਸਿੱਖ ਨੇ, ਜਿਹਦੇ ਕਰਕੇ ਸਿੱਖਾਂ ਦਾ ਮਾਣ ਹੋਰ ਜ਼ਿਆਦਾ ਵਧਿਆ। ਅਤੇ ਜੇਕਰ ਗੱਲ ਕਰੀਏ ਤਾਂ 30 ਸਤੰਬਰ 2024 ਤੋਂ ਉਹਨਾਂ ਨੇ ਅਹੁਦਾ ਸੰਭਾਲਣਾ, ਕਿਉਂਕਿ ਜਿਹੜੇ ਪੁਰਾਣੇ ਮੁਖੀ ਨੇ ਏਅਰ ਚੀਫ ਮਾਰਸ਼ਲ ਹੈ ਜਿਹੜੇ, ਜਿਨ੍ਹਾਂ ਦਾ ਨਾਮ ਹੈ ਵਿਵੇਕ ਰਾਮ ਚੌਧਰੀ, ਉਹ 30 ਸਪਤੰਬਰ ਨੂੰ ਰਿਟਾਇਰ ਹੋ ਰਹੇ ਨੇ ਅਤੇ ਉਹਨਾਂ ਦੀ ਜਗ੍ਹਾ ਅਹੁਦਾ ਜਿਹੜਾ ਅਮਰਪ੍ਰੀਤ ਸਿੰਘ ਉਹਨਾਂ ਨੇ ਸੰਭਾਲਣਾ। ਜੇਕਰ ਆਪਾਂ ਗੱਲ ਕਰੀਏ ਤਾਂ ਪਹਿਲਾਂ ਹੀ 97ਵੇਂ ਉਪ ਮੁਖੀ ਨੇ ਜਿਹੜੇ, ਉਹ ਪਹਿਲਾਂ ਹੀ ਅਮਰਪ੍ਰੀਤ ਨੇ ਅਤੇ ਹੁਣ ਉਹ ਮੁਖੀ ਬਣ ਜਾਣਗੇ। ਬਰਿੰਦਰ ਜੀ, ਜੇਕਰ ਇਹਨਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਕਰੀਅਰ ਬਹੁਤ ਲੰਬਾ ਹੈ ਜੀ। 38 ਸਾਲ ਦਾ ਲੰਬਾ ਕਰੀਅਰ ਅਮਰਪ੍ਰੀਤ ਸਿੰਘ ਦਾ। 21 ਦਸੰਬਰ 1984 ਨੂੰ ਪਹਿਲੀ ਵਾਰ ਉਹਨਾਂ ਨੇ ਜੁਆਇਨ ਕੀਤਾ ਸੀਗਾ। ਸੋ ਉਦੋਂ ਤੋਂ ਲੈ ਕੇ ਲਗਾਤਾਰ ਸੇਵਾਵਾਂ ਨੇ ਜਿਹੜੀਆਂ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਅਤੇ 38 ਸਾਲਾਂ ਦੇ ਕਰੀਅਰ ਤੋਂ ਪਹਿਲਾਂ ਜੀ ਗੱਲ ਕਰੀਏ ਤਾਂ ਇਹ ਸਕੁਆਸ਼ ਪਲੇਅਰ, ਜਿਹੜਾ ਕਿ ਆਪਾਂ ਬੈਡਮਿੰਟਨ ਹੈ ਬਟ ਇੱਕ ਅੰਦਰ ਖੇਡਦੇ ਹਾਂ, ਇੱਕ ਪਾਸੇ ਕੰਧ ਹੁੰਦੀ ਹੈ, ਦੂਜੇ ਪਾਸੇ ਉਹ ਪਲੇਅਰ ਖੇਡਦਾ, ਉਹਨੂੰ ਸਕੁਆਸ਼ ਕਹਿੰਦੇ ਨੇ। ਸੋ ਸਕੁਆਸ਼ ਦੇ ਪਲੇਅਰ ਰਹਿ ਚੁੱਕੇ ਨੇ ਉਹ, ਉਸ ਤੋਂ ਬਾਅਦ ਉਹ ਇਸ ਫੀਲਡ ਦੇ ਵਿੱਚ ਆਏ ਤਾਂ ਉਹਨਾਂ ਨੂੰ ਅਤੀ ਵਿਸ਼ਿਸ਼ਟ ਸੇਵਾ ਮੈਡਲ 2019 ਦੇ ਵਿੱਚ ਮਿਲਿਆ, ਪਰਮ ਵਿਸ਼ਿਸ਼ਟ ਸੇਵਾ ਮੈਡਲ ਉਹਨਾਂ ਨੂੰ 2023 ਦੇ ਵਿੱਚ ਮਿਲਿਆ, ਜਿਹਦੇ ਕਰਕੇ ਉਹਨਾਂ ਦੀਆਂ ਉਪਲਬਧੀਆਂ ਬਹੁਤ ਵੱਡੀਆਂ ਨੇ ਅਤੇ ਕਈ ਤਰ੍ਹਾਂ ਦੇ ਓਪਰੇਸ਼ਨ ਉਹ ਆਪਦੀ ਗਾਈਡੈਂਸ ਦੇ ਅੰਦਰ ਕਰ ਚੁੱਕੇ ਨੇ। ਸੋ ਵੱਡਾ ਕਹਿ ਲਓ ਕਿ ਚਿਹਰਾ ਜਿਹੜਾ ਉਹ ਮਿਲਣ ਜਾ ਰਿਹਾ, ਜਿਸ ਕਰਕੇ ਬਹੁਤ ਸਾਰੀਆਂ ਉਮੀਦਾਂ ਨੇ ਜਿਹੜੀਆਂ ਸਾਡੀਆਂ ਵੱਧ ਜਾਂਦੀਆਂ ਨੇ ਅਮਰਪ੍ਰੀਤ ਸਿੰਘ ਹੋਣਾ ਤੋਂ ਜੀ। ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਸਿੱਧੂ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਸੋ ਅਸੀਂ ਜਿਹੜੇ ਦਰਸ਼ਕਾਂ ਨੂੰ ਵੀ ਧੰਨਵਾਦ ਕਰਾਂਗੇ ਜਿਹਨੇ ਸਾਡੇ ਨਾਲ ਅਖੀਰ ਤੱਕ ਸਾਡਾ ਜੁੜੇ ਸਾਡਾ ਪ੍ਰੋਗਰਾਮ ਦੇਖਿਆ, ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।